सतनाम श्री वाहिगुरु कबीर कुकर राम को मुतिया मेरो नाम गले हमारे जेवरी जह खींचे तह जाओ सुनो विनंती ठाकुर मेरे जी जंत तेरे धारे रात पैर नाम अपने की कर्ण करावन हार प्रभ जियो खसमाना कर प्यारे बुरे पले हम थारे सुनी विकार समृत स्वामी बंधन काट सवारे पहर सिर पाओ सेवक जन मिले नानक प्रगट पहारे
हो जा मना फुकी। हो जा मनाफकी, छड़ दे दुनिया वाली पार। हो जा मनाफकी, हो जा मनाफकी, छड़ दे दुनिया वाली पार। हो जा मनाफकी, छड़ दे दुनिया वाली पार। ओ जा मनाफकी, छड़ दे दुनिया वाली मौज। ओ जा मनाफकी, छड़ दे दुनिया वाली मौज। लिखला श्री, लिखला श्री, लिखला श्री, लिखला श्री, लिखला श्री, छड़ दे दुनिया वाली मौज। लिखला श्री, छड़ दे दुनिया वाली मौज। लिखला श्री, छड़ दे दुनिया वाली मौज। लिखला श्री, छड़ दे तेरी बदल जाओ तकदीर, छड़ दे दुनिया। बदल जाओ तकदीर, छड़ दे दुनिया वाली मौज। छड़ दे दुनिया वाली।
बंद करके चौंक ला के कोई वांझा ना रवे सारे कृपा करो बोलो जरा नाल नाल साथ दियो बोलो 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 जी सारी संगत बोलो कोई वांझा ना रवे जपो जपो भजन नाही छुटकारा हर भजन नाही छुटकारा कहो नानक हो तत बिचारा बिन हर भजन बिन हर भजन नाही छुटकारा नाही छुटकारा छुटकारा
ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਉਤਾਰ ਸਤਿਗੁਰ ਪੂਰਿਆ ਬਿਨਾ ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਉਤਾਰ ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਉਤਾਰ ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਉਤਾਰ ਸਤਿਗੁਰ ਪੂਰਿਆ ਬਿਨਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਬਨ ਰਹੇ ਗੁਰ ਬਿਨ ਗਿਆਨ ਨਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਾਣੀ ਨਾ ਰਵੇ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਨਦਰ ਸਵੱਲੀ ਹੋਵੇ ਤਾਂ ਹੀ ਸੰਗਤ ਵਿੱਚ ਆਇਆ ਜਾਂਦਾ ਕੋਈ ਪੂਰਬਲਾ ਕਰਮ ਅੰਕੁਰ ਫੁੱਟਦਾ ਹੈ ਫੇਰ ਹੀ ਜਾਗ ਆਉਂਦੀ ਹੈ ਸਤਿਗੁਰੂ ਉਦਮ ਬਖਸ਼ਦੇ ਨੇ ਭਾਗਾਂ ਵਾਲੇ ਹਨ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਰਹੇ ਭਾਵੇਂ ਅੱਜ ਮੌਸਮ ਖਰਾਬ ਹੈ ਥੋੜ੍ਹਾ ਥੋੜ੍ਹਾ ਸਾਡੇ ਪਰਮੇਸ਼ਵਰ ਦੁਆਰ ਪਟਿਆਲੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਬਹੁਤ ਬਰਸਾਤ ਹੁੰਦੀ ਰਹੀ ਸਾਰਾ ਦਿਨ 3 ਘੰਟੇ ਲਗਾਤਾਰ ਔਰ ਇੱਥੇ ਵੀ ਸ਼ਾਮ ਨੂੰ ਮੌਸਮ ਖਰਾਬ ਹੋ ਗਿਆ ਪ੍ਰਬੰਧਕਾਂ ਨੇ ਟਾਈਮ ਤੇ ਹੀ ਸਾਰੀ ਆ 1 ਘੰਟੇ 'ਚ ਤਿਆਰੀ ਕੀਤੀ ਦੁਬਾਰਾ ਮਹਾਰਾਜ ਸਾਹਿਬ ਨੇ ਫਿਰ ਵੀ ਮੌਕਾ ਦੇ ਦਿੱਤਾ ਕਿਰਪਾ ਕੀਤੀ ਜਿਤਨਾ ਸਮਾਂ ਹੈ ਰਲ ਮਿਲ ਕੇ ਲਾਹਾ ਲਈਏ ਤਨ ਦੀ ਨੇੜਤਾ ਮਨ ਵੀ ਨੇੜੇ ਲੱਗ ਜਾਏ ਤਨ ਕਰਕੇ ਹਾਜ਼ਰ ਹੋਏ ਆ ਮਨ ਵੀ ਹਾਜ਼ਰ ਹੋ ਜਾਏ ਤਨ ਸੁਣ ਰਿਹਾ ਕੰਨ ਸੁਣ ਰਹੇ ਨੇ ਕਦੇ ਮਨ ਵੀ ਸੁਣੇ ਜਦੋਂ ਤਨ ਝੁਕਣ ਲੱਗ ਪੈਂਦਾ ਹੌਲੀ ਹੌਲੀ ਫਿਰ ਮਨ ਵੀ ਝੁਕਦਾ ਕੰਨਾਂ ਨਾਲ ਸੁਣਦੇ ਰਹੀਏ ਫਿਰ ਹੌਲੀ ਹੌਲੀ ਮਨ ਵੀ ਸੁਣਦਾ ਹੈ ਜੀਭ ਨਾਲ ਬੋਲੀ ਜਾਈਏ ਕਦੇ ਨਾ ਕਦੇ ਮਨ ਵੀ ਫਿਰ ਬੋਲਣ ਲੱਗ ਪੈਂਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਮਨ ਨਹੀਂ ਲੱਗਦਾ ਜੀ ਬਾਣੀ ਪੜ੍ਹਨ ਦਾ ਕੀ ਫਾਇਦਾ ਕਈ ਤਾਂ ਨਿਤਨੇਮ ਛੱਡ ਹੀ ਦਿੰਦੇ ਮਨ ਤੇ ਦੌੜਦਾ ਰਹਿੰਦਾ ਮਨ ਤੇ ਟਿਕਦਾ ਨਹੀਂ ਜਪਜੀ ਸਾਹਿਬ ਸ਼ੁਰੂ ਕਰਨੇ ਆ ਉਦੋਂ ਹੀ ਪਤਾ ਲੱਗਦਾ ਜਦੋਂ ਸਲੋਕ ਸ਼ੁਰੂ ਹੋ ਜਾਂਦਾ ਵੀ ਵਿਚਲਾ ਤੇ ਪੜ੍ਹੇ ਤਾਂ ਪਤਾ ਹੀ ਨਹੀਂ ਲੱਗਦਾ ਨਿਤਨੇਮ ਕਦੋਂ ਲੰਘ ਗਿਆ ਸਾਹਿਬ ਮਨ ਤੇ ਟਿਕਦਾ ਹੀ ਨਹੀਂ ਮਨ ਟਿਕਾਉਣ ਵਾਸਤੇ ਹੀ ਤੇ ਨਿਤਨੇਮ ਕਰਨਾ ਹੈ ਟਿਕ ਜਾਏ ਫਿਰ ਤੇ ਲੋੜ ਹੀ ਨਹੀਂ
ਇਹਨੂੰ ਬੰਨਣ ਵਾਸਤੇ ਹੀ ਕਰਨਾ। ਗਿਆਨ ਹੈ ਨਿਤਨੇ, ਗਿਆਨ ਕਾ ਬੱਧਾ ਮਨ ਰਹੇ, ਇਹਨੂੰ ਬੰਨਣਾ ਕਾਹਦੇ ਨਾਲ? ਗਿਆਨ ਨਾਲ। ਗੁਰਬਿਨ ਗਿਆਨ ਨਾ ਹੋਏ, ਉਹ ਗੁਰੂ ਬਿਨਾਂ ਗੁਰਬਾਣੀ ਬਿਨਾਂ ਗਿਆਨ ਹੋ ਨਹੀਂ ਸਕਦਾ। ਬੰਨਣਾ ਤੈਨੂੰ ਗਿਆਨ ਨਾਲ ਹੈ। ਇਹ ਪੁੱਠਾ ਕੰਮ ਹੈ। ਅਸੀਂ ਕਹਿੰਦੇ ਹਾਂ ਦਵਾਈ ਫੇਰ ਖਾਵਾਂਗਾ, ਪਹਿਲਾਂ ਮੈਂ ਠੀਕ ਹੋ ਜਾਂ, ਪਹਿਲਾਂ ਮੈਂ ਠੀਕ ਹੋਵਾਂ ਫਿਰ ਮੈਂ ਦਵਾਈ ਖਾਵਾਂਗਾ। ਇਹ ਸਵਾਲ ਇਦਾਂ ਦਾ ਹੈ ਵੀ ਮਨ ਪਹਿਲਾਂ ਲੱਗ ਜਾਏ ਫਿਰ ਮੈਂ ਬਾਣੀ ਪੜਾਂ। ਬਾਣੀ ਤੇ ਪੜ੍ਹਨੀ ਹੋਈ ਮਨ ਲਾਉਣ ਵਾਸਤੇ, ਮਨ ਜੋੜਨ ਵਾਸਤੇ, ਦਵਾਈ ਤੇ ਖਾਣੀ ਹੋਈ ਠੀਕ ਹੋਣ ਵਾਸਤੇ। ਮਨ ਬੱਜੇਗਾ ਹੀ ਗਿਆਨ ਨਾਲ, ਤੇ ਗਿਆਨ ਗੁਰੂ ਬਿਨਾਂ ਨਹੀਂ ਹੋ ਸਕਦਾ। ਮੁਰਸ਼ਦ ਕਾਮਲ ਜਦੋਂ ਮਿਲਦਾ ਹੈ, ਪੂਰਾ ਮੁਰਸ਼ਦ ਮਿਲਦਾ ਹੈ, ਜੋ ਬਾਤ ਦਵਾ ਸੇ ਨਹੀਂ ਹੋਤੀ ਵੋ ਬਾਤ ਦੁਆ ਸੇ ਹੋਤੀ ਹੈ। ਅਰਦਾਸ, ਦੁਆ, ਅਰਦਾਸ। ਦਵਾਈਆਂ ਜਿੱਥੇ ਅਸਰ ਨਹੀਂ ਕਰਦੀਆਂ, ਜੋ ਬਾਤ ਦੁਆ ਸੇ ਨਹੀਂ ਹੋਤੀ ਵੋ ਬਾਤ ਦੁਆ ਸੇ ਹੋਤੀ ਹੈ। ਜਬ ਮੁਰਸ਼ਦ ਕਾਮਲ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ। ਕਾਮਲ ਮੁਰਸ਼ਦ, ਪੂਰਾ ਮੁਰਸ਼ਦ ਜਦੋਂ ਮਿਲਦਾ ਹੈ, ਅਸਲ ਗੱਲ ਫੇਰ ਹੀ ਬਣਦੀ ਹੈ। ਜੁੜਨਾ ਕਲਗੀਆਂ ਵਾਲੇ ਸਤਿਗੁਰੂ ਦਰਬਾਰ ਚ ਆਏ ਮਹਾਰਾਜ ਨੇ ਪੂਰਨੇ ਪਾਣ ਲਈ ਰੋਜ਼ ਉੱਠਣਾ, ਨਿਤਨੇਮ ਦਰਬਾਰ ਵਿੱਚ ਆ ਕੇ ਕਰਨਾ, ਸਾਰਿਆਂ ਦੇ ਸਾਰਿਆਂ ਰਲ ਕੇ ਨਿਤਨੇਮ ਕਰਨਾ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਵੀ ਹਾਜ਼ਰੀ ਭਰਨੀ, ਫਿਰ ਸਤਿਗੁਰੂ ਜੀ ਨੇ ਕਥਾ ਵੀ ਕਰਨੀ। ਸਾਨੂੰ ਸਿਖਾਉਣ ਲਈ ਉਹ ਆਪ ਨਿਤਨੇਮ ਕਰਕੇ ਪੂਰਨੇ ਪਾਉਂਦੇ ਰਹੇ। ਮੈਂ ਹਮੇਸ਼ਾ ਅਰਜ਼ ਕੀਤੀ ਹੈ, ਟੀਚਰ ਬੜੇ ਸੰਸਾਰ ਵਿੱਚ ਆਏ ਨੇ ਜਿਨ੍ਹਾਂ ਨੇ ਅੰਦਰ ਦੀ ਗੱਲ ਕੀਤੀ ਹੈ, ਪਰ ਇਹ ਸੱਚਾਈ ਹੈ, ਅਸੀਂ ਸਿਰ ਉੱਚਾ ਕਰਕੇ ਗੱਲ ਕਹਿ ਸਕਦੇ ਹਾਂ ਸਤਿਗੁਰ ਤੇ ਮਾਣ ਕਰਕੇ, ਵੀ ਗੁਰੂ ਗੋਬਿੰਦ ਸਿੰਘ ਵਰਗਾ ਪੂਰਨੇ ਪਾਉਣ ਵਾਲਾ ਟੀਚਰ ਨਹੀਂ ਕੋਈ ਆਇਆ। ਕਿਉਂ? ਸਤਿਗੁਰ ਜੀ ਨੇ ਇੱਕ ਆਮ ਬੰਦੇ ਵਾਂਗੂ ਜਿਉਂ ਕੇ ਸਾਨੂੰ ਸਿਖਾਇਆ। ਗ੍ਰਿਸ਼ਤੀ ਬਣ ਕੇ, ਪਰਿਵਾਰਾਂ ਚ ਰਹਿ ਕੇ, ਬੱਚਿਆਂ ਚ ਰਹਿ ਕੇ ਕੋਈ ਵੀ ਬੰਦਾ ਸਵਾਲ ਨਾ ਕਰ ਦੇਵੇ ਵੀ ਇਹਨਾਂ ਲਈ ਤੇ ਬੜਾ ਸੌਖਾ ਹੈ, ਅਸੀਂ ਤੇ ਪਰਿਵਾਰਾਂ ਵਾਲੇ ਹਾਂ, ਸਾਡੇ ਲਈ ਤੇ ਜਪਣਾ ਬੜਾ ਔਖਾ। ਮਹਾਰਾਜ ਕਹਿੰਦੇ ਮੈਂ ਵੀ ਤੇ ਪਰਿਵਾਰ ਵਾਲਾ, ਜਾਚ ਸਿਖਾਉਣ ਸਾਨੂੰ ਦੱਸਣ। ਆਪ ਸਤਿਗੁਰੂ ਜੀ ਨੇ ਨਿਤਨੇਮ ਕਰਨਾ ਸਾਨੂੰ ਜਾਚਾਂ ਸਿਖਾਉਣ ਦੇ। ਤੇ ਮੈਂ ਤੇ ਬੜੀ ਵਾਰੀ ਆਖਿਆ ਸਰਸਾ ਦੇ ਕੰਢੇ ਤੇ ਪਿੱਛੇ ਫੌਜਾਂ ਚੜ੍ਹ ਕੇ ਆਈਆਂ ਸਨ, ਅੱਗੇ ਸਰਸਾ ਚੜ੍ਹਿਆ ਹੋਇਆ ਸੀ। ਇਹੋ ਜਿਹੇ ਭਿਆਨਕ ਸਮੇਂ ਦੇ ਉੱਤੇ ਵੀ ਕਲਗੀਧਰ ਕਹਿੰਦੇ ਨੇ ਸਿੰਘੋ ਆਸਾ ਜੀ ਦੀ ਵਾਰ ਸੁਣਾਓ, ਮੈਨੂੰ ਭੁੱਖ ਲੱਗੀ। ਇਹ ਗੁਰੂ ਗੋਬਿੰਦ ਸਿੰਘ ਉੱਥੇ 500 ਸਿੰਘ 300 ਸਿੰਘ ਸ਼ਹੀਦ ਹੋ ਗਿਆ ਸਰਸਾ ਦੇ ਕੰਢੇ ਤੇ। ਉਧਰ ਤੇਗਾਂ ਤੇ ਢਾਲਾਂ ਖੜਕਦੀਆਂ ਰਹੀਆਂ, ਉਧਰ ਸੁਰੰਦੇ ਤੇ ਖੜਤਾਲਾਂ ਖੜਕਦੀਆਂ ਰਹੀਆਂ। ਤੇ ਮਹਾਰਾਜ ਨੂੰ ਪੁੱਛਿਆ, ਸਿੰਘ ਕਹਿੰਦੇ ਨੇ ਮਹਾਰਾਜ ਅੱਜ ਲੰਘ ਜਾਂਦੇ, ਲੰਘ ਹੀ ਜਾਂਦੇ, ਅੱਜ ਆਸਾ ਜੀ ਦੀ ਵਾਰ ਨਾ ਕਰਦੇ ਨਾ ਤੇ ਆ 300 ਸ਼ਹੀਦ ਨਾ ਹੁੰਦੇ। ਮਹਾਰਾਜ ਕਹਿੰਦੇ ਅੱਜ ਦੇ ਤੇ ਬਾਕੀ ਦੇ ਵੀ ਸ਼ਹੀਦ ਹੋ ਜਾਂਦੇ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ। ਸਤਿਗੁਰ ਜੀ ਕਿਉਂ? ਮਹਾਰਾਜ ਕਹਿੰਦੇ ਅੱਜ ਤੇ ਸਾਰੇ ਹੀ ਸ਼ਹੀਦ ਹੋ ਜਾਂਦੇ, ਅੱਜ ਤੇ ਭਾਵੇਂ ਇੱਥੇ ਬੈਠਾ ਬੈਠਾ ਮੈਂ ਵੀ ਲੇਖੇ ਲੱਗ ਜਾਂਦਾ, ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ। ਮਹਾਰਾਜ ਕਿਉਂ? ਕਲਗੀਆਂ ਵਾਲੇ ਕਹਿੰਦੇ ਨੇ ਅੱਜ ਆਸਾ ਜੀ ਦੀ ਵਾਰ ਕਰਕੇ ਸਰਸਾ ਦੇ ਕੰਢੇ ਤੇ ਮੈਂ ਸਦਾ ਲਈ ਆਪਣੇ ਖਾਲਸੇ ਵਾਸਤੇ ਪੂਰਨੇ ਪਾ ਚੱਲਿਆ, ਵੀ ਭਿਆਨਕ ਤੋਂ ਭਿਆਨਕ ਸਮਾਂ ਵੀ ਭਾਵੇਂ ਤੁਹਾਡੇ ਤੇ ਹੋਵੇ, ਕਦੇ ਆਪਣਾ ਨਿਤਨੇਮ ਨਾ ਛੱਡੇ। ਇਹ ਜਾਚ ਸਰਸਾ ਦੇ ਕੰਢੇ ਤੇ ਨਿਤਨੇਮ ਕਰਕੇ ਨਿਤਨੇਮ ਦੇ ਪੂਰਨੇ ਪਾ ਕੇ ਗਏ, ਵੀ ਇਦੂ ਵੱਧ ਭਿਆਨਕ ਸਮਾਂ ਕੀ ਆ ਜਾਏਗਾ ਤੇਰੇ ਤੇ? ਆਨੰਦਪੁਰ ਛੱਡ ਆਇਆ, ਅੱਗੇ ਸਰਸਾ ਚੜ੍ਹਿਆ, ਐਡਾ ਖਤਰਾ ਬਣਿਆ ਹੈ, ਪਰ ਮੈਂ ਨਿਤਨੇਮ ਫਿਰ ਵੀ ਕਰਦਿਆਂ, ਜੇ ਮੇਰਾ ਪੁੱਤਰ ਹੈ ਤੇ ਛੱਡੀ ਨਾ ਨਿਤਨੇਮ। ਤੇ ਬਾਬਾ ਆਨੰਦ ਸਿੰਘ ਤੇ ਕਹਿੰਦੇ ਨੇ ਜਿਹੜਾ ਸਿੱਖ ਨਿਤਨੇਮ ਨਹੀਂ ਛੱਡਦਾ, ਗੁਰੂ ਨਾਨਕ ਕਦੇ ਉਹਦੀ ਬਾਂਹ ਨਹੀਂ ਛੱਡਦਾ। ਆ
ਦੁਨੀਆ ਕਾਲ ਤੇ ਜਿਨ੍ਹੇ ਨਿਤਨੇਮ ਛੱਡ ਦਿੱਤਾ ਹੈ ਉਹਨੇ ਖਿੱਚ ਕੇ ਆਪਣੀ ਬਾਹ ਸਤਿਗੁਰ ਤੋਂ ਛੁਡਾ ਲਈ। ਨਿਤਨੇਮ ਛੱਡਿਆ ਨਹੀਂ, ਨਿਤਨੇਮ ਨਹੀਂ ਛੱਡਿਆ, ਬਾਹ ਛੁਡਾ ਲਈ। ਜਿਹੜਾ ਨਿਤਨੇਮ ਛੱਡ ਦਿੰਦਾ ਸਤਿਗੁਰ ਉਹਨੂੰ ਵੀ ਛੱਡ ਦਿੰਦੇ ਨੇ ਵੀ ਜਾ ਫਿਰਦਾ ਰਹਿ ਧੱਕੇ ਖਾਂਦਾ। ਨਿਤਨੇਮ ਨਹੀਂ ਛੱਡਣਾ ਚਾਹੀਦਾ, ਭਿਆਨਕ ਤੋਂ ਭਿਆਨਕ ਸਮਾਂ ਵੀ ਜ਼ਿੰਦਗੀ ਚ ਆਵੇ। ਪੱਕੇ ਨਿਤਨੇਮ ਹੀ, ਘਰ ਚ ਲਾਸ਼ ਵੀ ਪਈ ਹੁੰਦੀ ਹੈ, ਨਿਤਨੇਮ ਨਹੀਂ ਛੱਡ, ਪੱਕੇ ਨਿਤਨੇਮ। ਚੜ੍ਹਦੀ ਕਲਾ ਵਾਲੇ ਸਿੰਘ ਨੇ ਜੇ ਬੜੀ ਦ੍ਰਿੜਤਾ ਵਾਲੇ ਸਿੰਘਾਂ ਨੂੰ ਵੇਖਿਆ ਗੁਰਮੁਖੋ। ਪਿੱਛੇ ਜੇ ਗੁਰਦਾਸਪੁਰ ਜਸਪਾਲ ਸਿੰਘ ਸ਼ਹੀਦ ਹੋਇਆ ਸਿੰਘ, ਮੈਂ ਉਹਨਾਂ ਦੇ ਘਰ ਸੰਸਕਾਰ ਤੇ ਗਿਆ ਗੁਰਦਾਸਪੁਰ। ਥੋੜੇ ਦਿਨ ਹੋਏ ਨੇ ਅਜੇ, 31 ਮਾਰਚ ਉਹਨਾਂ ਦੇ ਘਰ ਵੇਖਿਆ, ਉਹਦਾ ਦਾਦਾ ਪੋਤਰਾ ਇੱਕੋ ਹੀ ਸੀ, ਇੱਕੋ ਹੀ ਪੋਤਰਾ। ਹੁਣ ਉਹ ਬੱਚਾ 18 ਸਾਲਾਂ ਦਾ ਪੜਨ ਗਿਆ ਤੇ ਲਾਸ਼ ਘਰ ਵਿੱਚ ਪਈ ਤੇ ਮਾਈਕ ਲੈ ਕੇ ਸਟੇਜ ਤੇ ਖਲੋ ਕੇ ਸੰਗਤ ਦਾ ਧੰਨਵਾਦ ਕਰ ਰਿਹਾ ਵੀ ਜੀ ਆਇਆਂ ਨੂੰ ਤੁਸੀਂ ਆਏ ਹੋ। ਉੱਥੇ ਤੇ ਉੜਦਾ ਹੀ ਕੁਛ ਨਹੀਂ ਬੰਦੇ, ਪਿਤਾ ਉਹਦਾ ਧੰਨਵਾਦ ਕਰਦਾ ਸਟੇਜ ਤੇ ਖਲੋ ਕੇ। ਭਾਈ ਜਸਪਾਲ ਸਿੰਘ ਦਾ ਪਿਤਾ ਕਹਿੰਦਾ, ਸਤ ਸੰਗਤ ਜੀ ਜੀ ਆਇਆਂ ਨੂੰ ਤੁਸੀਂ ਸਾਡੇ ਘਰ ਦੁੱਖ ਦੇ ਸਮੇਂ ਚ ਆਏ। ਸੰਸਕਾਰ ਦੇ ਵੇਲੇ ਵੀ ਪਰਿਵਾਰ ਨਿਤਨੇਮ ਕਰਦਾ, ਮਾਂ ਬਾਵਾ ਖੜੀਆਂ ਕਰ ਕਰਕੇ ਜਕਾਰੇ ਲਾਉਂਦੀ ਸੀ। ਮੈਂ ਅੱਖੀ ਵੇਖਿਆ, ਵੀਡੀਓ ਬਣੀਆਂ ਨੇ, ਤੁਸੀਂ ਵੇਖ ਸਕਦੇ ਹੋ। ਪੁੱਤਰ ਦਾ ਸੰਸਕਾਰ ਹੁੰਦਾ ਤੇ ਮਾਂ ਬਾਵਾ ਖੜੀਆਂ ਕਰ ਕਰ ਜਕਾਰੇ ਔੜਦੇ ਨੇ ਉੱਥੇ ਜਕਾਰੇ। ਇੱਕੋ ਹੀ ਬੱਚਾ ਹੋਵੇ, ਸੰਸਕਾਰ ਹੋ ਰਿਹਾ, ਮਾਂ ਨੂੰ ਤੇ ਵੈਸੇ ਸੁੱਧ ਬੁੱਧ ਨਹੀਂ ਹੁੰਦੀ। ਮੈਂ ਸੱਚ ਕਹਿੰਦਾ, ਮੇਰੇ ਕੋਲ ਬੈਠੀ ਸੀ ਉਹ ਬੀਬੀ, ਉਹਨੇ ਅੱਥਰ ਨਹੀਂ ਗੇਰੀ ਅੱਖ ਚੋਂ। ਧੀ ਜ਼ਰੂਰ ਰੋਂਦੀ ਸੀ, ਉਹ ਸਿੰਘ ਦੀ ਭੈਣ ਜ਼ਰੂਰ ਰੋਂਦੀ ਸੀ, ਉਹਨੂੰ ਚੁੱਪ ਕਰਾਉਂਦੀ ਸੀ, ਧੀਏ ਚੁੱਪ ਕਰ ਜਾ, ਰੋ ਨਾ। ਦ੍ਰਿੜਤਾ, ਇਹ ਜਜ਼ਬਾ ਹੈ ਅੱਜ ਵੀ, ਇਦਾਂ ਦੇ ਲੋਕ ਅੱਜ ਵੀ ਨੇ। ਇਸ ਕਰਕੇ ਨਿਤਨੇਮ ਸਭ ਨਾਲੋਂ ਵੱਡੀ ਗੱਲ ਹੈ। ਜੇ ਕੋਈ ਐਸੀ ਦੁਨੀਆ ਦੀ ਟੈਨਸ਼ਨ ਹੈ ਜਿਹੜੀ ਤੈਨੂੰ ਨਿਤਨੇਮ ਤੋਂ ਤੋੜੇਗੀ, ਇਹਦਾ ਮਤਲਬ ਇਹ ਹੈ ਵੀ ਉਹ ਤੇਰੇ ਲਈ ਜ਼ਿਆਦਾ ਵੱਡੀ ਚੀਜ਼ ਹੈ। ਨਿਤਨੇਮ ਥੱਲੇ ਪਰਿਵਾਰਕ ਕੋਈ ਟੈਨਸ਼ਨ ਬਣ ਗਈ, ਪਰਿਵਾਰ ਵਿੱਚ ਕੋਈ ਐਸੀ ਮੁਸ਼ਕਲ ਆ ਬਣੀ, ਨਿਤਨੇਮ ਜੇ ਤੇਰਾ ਛੱਡ ਦਿੱਤਾ ਗਿਆ ਤੇ ਇਹਦਾ ਮਤਲਬ ਇਹ ਹੈ ਵੀ ਗੁਰੂ ਅਜੇ ਥੱਲੇ ਹੈ। ਜਿਹਦੇ ਕਰਕੇ ਤੂੰ ਬੇਚੈਨ ਹੋ ਕੇ ਨਿਤਨੇਮ ਛੱਡਿਆ, ਉਹ ਤੇਰੇ ਉੱਪਰ ਹੈ ਅਜੇ। ਅਜੇ ਅਸੀਂ ਸਤਿਗੁਰ ਨੂੰ ਉੱਪਰ ਨਹੀਂ ਰੱਖਿਆ। ਜਿਹੜਾ ਸਤਿਗੁਰ ਨੂੰ ਉੱਪਰ ਰੱਖੇਗਾ, ਉਹ ਜੋ ਮਰਜ਼ੀ ਹੋ ਜਾਏ ਬਾਕੀ ਸਭ ਕੁਝ ਥੱਲੇ ਹੈ, ਕੁਛ ਨਹੀਂ ਹੈ ਤੂੰ। ਨਿਤਨੇਮ ਕਦੇ ਨਾ ਛੱਡੋ, ਭਰੋਸਾ ਰੱਖੋ, ਗੁਰੂ ਨਾਨਕ ਤੁਹਾਡੀ ਕਦੇ ਬਾਹ ਨਹੀਂ ਛੱਡੇਗਾ। ਭਰੋਸਾ ਰੱਖੋ, ਇਸ ਗੱਲ ਤੇ ਵਿਸ਼ਵਾਸ, ਜੋ ਮਰਜ਼ੀ ਹੋ, ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਆਉਣ ਚਲੀਆਂ ਜਾਣਗੀਆਂ, ਵੱਡੀਆਂ ਵੱਡੀਆਂ ਮੁਸ਼ਕਲਾਂ ਆਉਣ, ਸਮਾਂ ਭਾਵੇਂ ਸੁੱਖ ਦਾ ਹੈ ਤੇ ਭਾਵੇਂ ਦੁੱਖ ਦਾ ਹੈ। ਕਿਸੇ ਨੇ ਆਖਿਆ, ਇੱਕ ਗੱਲ ਦੱਸੋ ਵੀ ਖੁਸ਼ੀ ਹੋਵੇ, ਹੋਈਏ ਅਸੀਂ ਬਹੁਤ ਖੁਸ਼ ਤੇ ਇੱਕਦਮ ਗਮੀ ਆ ਜਾਏ। ਸੁਣਿਓ ਜਰਾ, ਇੱਕਦਮ ਗਮੀ ਆ ਜਾਏ, ਹੋਈਏ ਬਹੁਤ ਦੁਖੀ ਤੇ ਇੱਕਦਮ ਖੁਸ਼ੀ ਆ ਜਾਏ। ਇੱਕ ਗੱਲ ਦੱਸ ਦਿਓ ਵੀ ਇੱਕੋ ਗੱਲ ਚ ਹੀ ਜਵਾਬ ਮਿਲ ਜਾਏ, ਇੱਕੋ ਗੱਲ ਚ ਵੀ ਬੜੇ ਖੁਸ਼ ਹੋਈਏ, ਇੱਕਦਮ ਵੈਰਾਗ ਚ ਆ ਜਾਈਏ, ਹੋਈਏ ਬਹੁਤ ਵੈਰਾਗੀ, ਇੱਕਦਮ ਖੁਸ਼ ਹੋ ਜਾਈਏ, ਐਸਾ ਇੱਕ ਸ਼ਬਦ ਦੱਸੋ ਕਿਹੜਾ। ਜਵਾਬ ਦੇਣ ਵਾਲੇ ਵਿਦਵਾਨ ਨੇ ਜਵਾਬ ਦਿੱਤਾ, ਇੱਕੋ ਹੀ ਸ਼ਬਦ ਹੈ, ਇਹ ਸਮਾਂ ਬੀਤ ਜਾਏਗਾ। ਜੇ ਤੁਸੀਂ ਖੁਸ਼ ਹੋ ਰਹੇ ਹੋ ਬਹੁਤ, ਵਿਆਹ ਦੇ ਭੰਗੜੇ ਪਾ ਰਹੇ ਹੋ, ਤੇ ਇੱਕੋ ਹੀ ਸ਼ਬਦ ਯਾਦ ਕਰ ਲਓ, ਆ ਸਮਾਂ ਸਦਾ ਨਹੀਂ ਰਹਿਣਾ। ਇੱਕਦਮ ਗੰਭੀਰ ਹੋ ਜਾਓ, ਇੱਕਦਮ ਗੰਭੀਰ ਹੋ ਜਾਓਗੇ ਵੀ ਆ ਰੌਣਕ ਸਦਾ ਥੋੜਾ ਰਹਿਣੀ। ਹੱਸਦੇ ਹੱਸਦੇ ਗੰਭੀਰ ਹੋ ਜਾਓਗੇ ਤੇ ਬਹੁਤ ਗੰਭੀਰ ਹੋਵੋ, ਰੋ ਰਹੇ ਹੋਵੋ, ਇੱਕੋ ਹੀ ਸ਼ਬਦ ਯਾਦ ਕਰ ਲਓ, ਆ ਸਮਾਂ ਸਦਾ ਨਹੀਂ ਰਹਿਣਾ। ਇਹ ਵੇਲਾ ਬੀਤ ਜਾਏਗਾ, ਇੱਕੋ ਹੀ ਸ਼ਬਦ ਯਾਦ ਕਰ ਲਓ, ਇਹ ਸਮਾਂ ਬੀਤ ਜਾਏਗਾ ਤੇ ਮਨ ਖੁਸ਼ ਹੋ ਜਾਏਗਾ। ਸਮਾਂ ਸਦਾ ਨਹੀਂ ਰਹਿਣਾ, ਨਾ ਦੁੱਖ ਸਦਾ ਰਹਿਣੇ ਨੇ, ਨਾ ਸੁੱਖ ਸਦਾ ਰਹਿਣੇ, ਨਾ ਰੋਣੇ ਸਦਾ ਰਹਿਣੇ ਨੇ, ਨਾ ਹਾਸੇ ਸਦਾ ਰਹਿਣੇ।
दुनिया च है कोई बंदा जिहड़ा हसदा ही रहा कदे ना कदे दुख भी आउंदा दुख दा समा भी बीत जांदा माड़ा समा भी बीत जांदा चंगा समा भी बीत जांदा सदा नहीं रहना इस करके मैं अर्ज हमेशा कीती है मान करिए अपने बापू ते अपने आप ते कीता मान हमेशा मारदा है पर अपने गुरु ते कीता मान तार दिंदा है असी कलगी धरती ते मान करके ये गल कहिंदे आ भी तुहाडे वर्गा पूरने पाण वाला टीचर नहीं आया जिहड़ा सरसां ते कंडे ते बह के जाचां सिखाए ऐदां नितनेम करीदा आखो सतनाम ऐदां नितनेम करी ਘਾਹ ਦੇ ਉੱਤੇ ਬੈਠ ਨਿਤਨੇਮ ਕਰ ਰਹੇ ਹੁਣ ਵੇਖੋ ਸਾਡੇ ਕੋਲ ਕਿੰਨੇ ਸੋਹਣੇ ਬਿਸਤਰ ਨੇ ਅੱਜ ਏਸੀ 에ਅਰ ਕੰਡੀਸ਼ਨ ਘਰਾਂ 'ਚ ਲੱਗੇ ਆ ਫਿਰ ਕੂਲਰ ਵਗੈਰਾ ਲੱਗੇ ਆ ਪੱਖੇ ਲੱਗੇ ਨੇ ਸਾਧਨ ਬੜੇ ਨੇ ਕਿਹੜੇ ਕੰਡੇ ਸਾਡੇ ਥੱਲੇ ਵਿਛੇ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੱਦਾਂ ਵੇਖੋ ਸਾਡੇ ਲਈ ਪੂਰਨੇ ਪਾਏ ਜਾਚਾਂ ਸਿਖਾਈਆਂ ਜੀਵਨ ਜਾਚ ਮਹਾਰਾਜ ਸਾਹਿਬ ਜੀ ਨੇ ਸਾਨੂੰ ਦੱਸੀ ਕਲਗੀਆਂ ਵਾਲੇ ਆਏ ਦਰਬਾਰ ਵਿੱਚ ਕਥਾ ਕਰਦੇ ਸਨ ਰੋਜ਼ ਅੱਜ ਕਥਾ ਨਹੀਂ ਕੀਤੀ ਚੁੱਪ ਕਰ ਗਏ ਹੱਥ ਵਿੱਚ ਇੱਕ ਪੱਥਰ ਜੇਬ ਵਿੱਚੋਂ ਕੱਢਿਆ ਪੱਥਰ ਹੱਥ 'ਚ ਫੜਿਆ ਉਹਨੂੰ ਕਦੇ ਸੱਜੇ ਕਰ ਲੈਣ ਕਦੇ ਖੱਬੇ ਕਰ ਲੈਣ ਕਦੇ ਸੱਜੇ ਕਦੇ ਖੱਬੇ ਸੰਗਤ ਵੇਖੇ ਵੀ ਕਥਾ ਕਰਨਗੇ ਮਹਾਰਾਜ ਤੇ ਅੱਜ ਬੋਲਦੇ ਕੁਛ ਨਹੀਂ ਚੁੱਪ ਨੇ ਚੁੱਪ 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 ਮੈਂ ਕਰਜ ਕਰਦਾ ਰਹਿੰਦਾ ਕਈਆਂ ਦਾ ਮੌਨ ਬੜਾ ਕੁਛ ਬੋਲਦਾ ਹੈ ਕਈ ਚੁੱਪ ਹੋ ਕੇ ਵੀ ਬੜਾ ਕੁਝ ਬੋਲ ਜਾਂਦੇ ਨੇ ਕਈ ਸਾਰੀ ਜ਼ਿੰਦਗੀ ਬੋਲ ਬੋਲ ਕੇ ਵੀ ਚੁੱਪ ਵਰਗੇ ਨੇ ਉਹਨਾਂ ਦਾ ਅਸਰ ਕੋਈ ਕਈ ਚੁੱਪ 'ਚ ਵੀ ਬੜਾ ਕੁਝ ਕਹਿ ਜਾਂਦੇ ਮੈਂ ਕੱਲ੍ਹ ਕਰਜ ਮਹਾਂਪੁਰਖ ਹੰਸਾਲੀ ਵਾਲਿਆਂ ਬਾਰੇ ਕੀਤੀ ਸੀ ਉਹਨਾਂ ਦੱਸੋ ਕਿਹੜੀ ਕਥਾ ਕੀਤੀ ਕਦੇ ਮਾਈਕ 'ਚ ਪਰ ਉਹਨਾਂ ਦੀ ਚੁੱਪ ਵੀ ਬੋਲਦੀ ਉੱਥੇ ਜਾ ਕੇ ਅਸਰ ਹੁੰਦਾ ਮਨ ਉੱਤੇ ਰੰਗ ਹੱਸਾ ਹੈ ਰੰਗ ਰੋਵ ਚੁੱਪ ਭੀ ਕਰ ਜਾ ਪਰਵਾਹ ਨਾਹੀ ਕਿਸੇ ਕੇ ਰਿਵਾਜ ਸੱਚੇ ਨਾ ਹੈ ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਗੁਰਮੁਖ ਰੰਗ ਵਿੱਚ ਹੱਸਦੇ ਨੇ ਰੰਗ ਵਿੱਚ ਰੋਂਦੇ ਨੇ ਚੁੱਪ ਵੀ ਕਰ ਜਾਣ ਤਾਂ ਵੀ ਰੰਗ 'ਚ ਉਹਨਾਂ ਦਾ ਚੁੱਪ ਵੀ ਪਰਵਾਹ ਨਹੀਂ ਰੰਗ 'ਚ ਹੱਸਣਾ ਵੀ ਰੋਣਾ ਵੀ ਅਸੀਂ ਰੋਏ ਤਾਂ ਵੀ ਆਪਣੇ ਲਈ ਹੱਸੇ ਤਾਂ ਵੀ ਆਪਣੇ ਲਈ ਰੋਨੇ ਆ ਤਾਂ ਵੀ ਆਪਣੇ ਲਈ ਹੱਸਣੇ ਆ ਤਾਂ ਵੀ ਆਪਣੇ ਲਈ ਪਰ ਉਹ ਰੰਗ 'ਚ ਹੱਸਦੇ ਰੰਗ 'ਚ ਰੋਂਦੇ ਕਲਗੀਆਂ ਵਾਲੇ ਅੱਜ ਆਏ ਕੋਈ ਕਥਾ ਨਹੀਂ ਕੀਤੀ ਬਸ ਇੱਕੋ ਪੱਥਰ ਹੱਥ 'ਚ ਫੜਿਆ ਉਹਨੂੰ ਕਦੇ ਸੱਜੇ ਕਦੇ ਖੱਬੇ ਸੱਚੇ ਪਾਤਸ਼ਾਹ ਕੋਈ ਬਚਨ ਕਰੋ ਕੋਈ ਜੀਵਨ ਜਾਚ ਦਿਓ ਟਿਕਟਿਕੀ ਲਗਾ ਕੇ ਸੰਗਤਾਂ ਸਤਿਗੁਰ ਵੱਲ ਤੱਕਦੀਆਂ ਕਲਗੀ ਧਰਮ ਵੱਲ ਟਿਕਟਿਕੀ ਲਗਾ ਕੇ ਮੈਂ ਅਰਜ ਕਰਦਾ ਹੁੰਦਾ ਜਿਵੇਂ ਚੰਦਰਮਾ ਚਕੋਰਾਂ ਵੱਲ ਚਕੋਰਾਂ ਚੰਦਰਮਾ ਵੱਲ ਵੇਖਦੀਆਂ ਨੇ ਨਾ ਟਿਕਟਿਕੀ ਲਗਾ ਕੇ ਭਾਵੇਂ ਉਹਨਾਂ ਦੀ ਗਰਦਨ ਆਕੜ ਜਾਏ ਉਹ ਦੂਜੇ ਪਾਸੇ ਮੂੰਹ ਨਹੀਂ ਕਰਦੀਆਂ ਤੇਰੇ ਸਿੱਖ ਨੇ ਚਕੋਰਾਂ ਵਰਗੇ ਗੁਰਾਂ ਦਾ ਮੁੱਖ ਚੰਦ ਵਰਗਾ ਪਰ ਮੈਂ ਅਰਜ ਹਮੇਸ਼ਾ ਕੀਤੀ ਇਹ ਚੰਦਰਮਾ ਤੇ ਦਾਗੀ ਇਹ ਚਕੋਰਾਂ ਦਾ ਚੰਦ ਨੂੰ ਤਾਂ ਦਾਗ ਲੱਗਿਆ ਮੈਂ ਹਮੇਸ਼ਾ ਆਖਿਆ ਪਿਆਰਿਓ ਚਕੋਰ ਚੰਦਰਮਾ ਨਾਲ ਪ੍ਰੇਮ ਕਰਦੀ ਏ ਚਕੋਰ ਨੂੰ ਕਿਹਾ ਤੂੰ ਸੁਣ ਯਾਰਾ ਤੂੰ ਚੰਦ ਦੇ ਨਾਲ ਕਾਹਦਾ ਪਿਆਰ ਪਾਇਆ ਤੂੰ ਵਾਂਗ ਸ਼ੁਦਾਈਆਂ ਫਿਰੇ ਘੁੰਮਦਾ ਤੇਰੀ ਗੱਲ ਦਾ ਯਾਰ ਕੀ ਕਦਰ ਪਾਇਆ ਪੁੱਠਾ ਹੋ ਕੇ ਜ਼ਮੀਨ ਤੇ ਡਿੱਗਣਾ ਏ ਖਬਰ ਲੈਣ ਨਾ ਤੇਰੀ ਇੱਕ ਵਾਰ ਆਇਆ ਚੰਨ ਚੰਨ ਤੂੰ ਦਿਨ ਰਾਤ ਪੁਕਾਰਨਾ ਏ ਗਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ ਓਏ ਖੱਡ ਛੱਡ ਖਹਿੜਾ ਚਕੋਰ ਨੂੰ ਕਿਸੇ ਨੇ ਆਖਿਆ
ਚੰਦਰਮਾ ਕਦੇ ਥੱਲੇ ਉਤਰ ਕੇ ਤੇ ਆਇਆ ਨਹੀਂ। ਇੰਨੇ ਚਿਰ ਤੋਂ ਚਕੋਰਾਂ ਚੰਦਰਮਾ ਵੱਲ ਵੇਖਦੀਆਂ ਹੀ ਰਹਿੰਦੀਆਂ, ਟਿਕ ਟਿਕੀ ਲਾ ਲੈਂਦੀਆਂ ਨੇ, ਗਰਦਨ ਆਕੜ ਜਾਏ ਅੱਖ ਨਹੀਂ ਝਮਕਦੀ, ਚਕੋਰ ਚੰਦਰਮਾ ਵੱਲ ਵੇਖੀ ਜਾਂਦੀ, ਉਹਦੇ ਵੱਲ ਨਹੀਂ ਵੇਖੀ ਚੰਦਰਮਾ ਵੱਲ। ਉਹ ਕਹਿੰਦੇ ਛੱਡ ਖਹਿੜਾ, ਨਾ ਕਦੇ ਥੱਲੇ ਉਤਰ ਕੇ ਆਇਆ ਹੈ, ਕਦਰ ਨਹੀਂ ਕਰਦਾ ਬੇਕਦਰ। ਅੱਗੋਂ ਆਖਦੀ ਚਕੋੜ, ਤੂੰ ਸੁਣ ਯਾਰਾ, ਤੂੰ ਨਾ ਪ੍ਰੇਮ ਦੀ ਸਾਰ ਜਾਣੇ, ਅਸੀਂ ਆਪਣੀ ਪ੍ਰੀਤ ਨਿਭਾ ਦੇਣੀ, ਚੰਨ ਯਾਰ ਜਾਣੇ ਤੇ ਭਾਵੇਂ ਨਾ ਜਾਣੇ, ਉਹ ਉਤਰ ਕੇ ਆਵੇ ਤੇ ਭਾਵੇਂ ਨਾ ਆਵੇ, ਪਰ ਅਸੀਂ ਤੇ ਉਹਦੇ ਵੱਲ ਹੀ ਵੇਖਣਾ। ਕਮਾਲ ਹੈ ਨਾ, ਵੇਖੋ ਕਦੇ ਉਤਰ ਕੇ ਨਹੀਂ ਆਇਆ, ਚਕੋਰਾਂ ਕਿੰਨਾ ਪ੍ਰੇਮ ਕਰਦੀਆਂ ਸਾਡੇ ਸਤਿਗੁਰੂ। ਤੂੰ ਇੱਕ ਵਾਰੀ ਯਾਦ ਕਰੋ, ਤੈਨੂੰ ਬਾਰ ਬਾਰ ਯਾਦ ਕਰੀ ਜਾਣੀ, ਚੰਦ ਨੂੰ ਤਾਂ ਦਾਗ ਲੱਗਿਆ ਸਾਡੇ ਗੁਰਾਂ ਨੂੰ ਦਾਗ ਨਾ ਹੋਈ, ਚੰਦ ਨੂੰ ਤਾਂ ਦਾਗ ਲੱਗਿਆ ਗੁਰਾਂ ਨੂੰ ਦਾਗ ਨਾ ਹੋਈ, ਦਾਗ ਲੱਗਿਆ ਗੁਰਾਂ ਨੂੰ ਦਾਗ ਨਾ ਹੋਈ, ਚੰਦ ਨੂੰ ਤਾਂ ਦਾਗ ਲੱਗਿਆ ਗੁਰਾਂ ਨੂੰ ਦਾਗ ਨਾ ਹੋਈ, ਚੰਦ ਨੂੰ ਤਾਂ ਦਾਗ ਲੱਗਿਆ ਚੰਦਰਮਾ ਨੂੰ ਤੇ ਦਾਗ ਲੱਗਿਆ, ਪਰ ਸਾਡੇ ਸਤਿਗੁਰ ਨੂੰ ਦਾਗ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਕਥਾ ਨਹੀਂ ਕੀਤੀ, ਹੱਥ ਵਿੱਚ ਫੜਿਆ ਪੱਥਰ, ਕਦੇ ਸੱਜੇ ਹੱਥ ਕਦੇ ਖੱਬੇ। ਮਹਾਰਾਜ ਕੁਛ ਬਚਨ ਕਰੋ। ਕਲਗੀਆਂ ਵਾਲੇ ਕਹਿੰਦੇ ਨੇ ਬਾਲਟੀ ਲੈ ਕੇ ਆਓ ਪਾਣੀ ਦੀ ਭਰ ਕੇ, ਤੁਹਾਨੂੰ ਅੱਜ ਸੁਣਾਉਣਾ ਨਹੀਂ ਕੁਝ ਵਿਖਾਣਾ ਹੈ, ਤੇ ਵੇਖਣਾ ਕਿੰਨੀ ਕੁ ਸਮਝ। ਗਿਆ ਇੱਕ ਸਿੰਘ ਸੇਵਾਦਾਰ, ਭੱਜ ਕੇ ਬਾਲਟੀ ਲੰਗਰ ਚੋਂ ਲੈ ਆਇਆ ਭਰ ਕੇ। ਆਪਣੇ ਵਰਗਾ ਹੁੰਦਾ ਪਹਿਲਾਂ ਸਵਾਲ ਕਰਦਾ ਵੀ ਪਾਣੀ ਇੱਥੇ ਕੀ ਕਰਨਾ ਜੀ, ਲਓ ਤੇ ਲੰਗਰ ਚ। ਆਪਾਂ ਤੇ ਸਵਾਲ ਬਹੁਤੇ ਕਰਨੇ, ਇੱਥੇ ਪਾਣੀ ਦੀ ਕੀ ਲੋੜ। ਦੇਗ ਵਰਤਾਉਣ ਵਾਸਤੇ ਜੇ ਕਿਤੇ ਆਵਾਜ਼ਾਂ ਪੈ ਜਾਏ ਨਾ, ਖੁੱਲਾ ਕੱਫਾ ਦੇਗ ਬਣਿਆ ਹੋਵੇ, ਬਸ ਵੇਖਦੇ ਹੀ ਰਹਿੰਦੇ ਹਾਂ ਫਲਾਣਾ, ਨਾਲੇ ਦੇਗ ਵਰਤਾਉਣ ਤੇ ਵੇਖੋ ਕਿੰਨਾ ਕੁ ਜ਼ੋਰ ਲੱਗਦਾ। ਪੰਜ ਸਿੰਘਾਂ ਨੂੰ ਅਨਾਊਂਸਮੈਂਟ ਕਰਨੀ ਪੈਂਦੀ, ਆ ਜਾਓ ਪੰਜ ਸਿੰਘ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਜਾਣਾ। ਵੇਖਦੇ ਹੀ ਰਹਿੰਦੇ ਹਾਂ ਇੱਕ ਦੂਜੇ ਵੱਲ। ਸੇਵਾ ਕਰਨ ਵਾਲੇ ਉੱਦਮੀ ਤੇ ਵਿਰਲੇ ਵਿਰਲੇ ਹੁੰਦੇ ਥੋੜੇ। ਸੰਗਤੇ ਪਾਣੀ ਦੀ ਬਾਲਟੀ ਭਰ ਕੇ ਲੈ ਆਉਂਦੀ, ਰੱਖ ਦਿੱਤੀ। ਮਹਾਰਾਜ ਸਾਹਿਬ ਨੇ ਨਾ ਪੱਥਰ ਇੰਨਾ ਬਾਲਟੀ ਉੱਤੇ ਕੀਤਾ, ਹੱਥ ਖੋਲਿਆ ਤੇ ਪੱਥਰ ਡਿੱਗ ਪਿਆ ਪਾਣੀ। ਮਹਾਰਾਜ ਸਾਹਿਬ ਕਹਿੰਦੇ ਕਲਗੀਆਂ ਵਾਲੇ ਪੱਥਰ ਡੁੱਬ ਗਿਆ, ਕਈਆਂ ਨੇ ਤੇ ਥੱਲੇ ਬੈਠਿਆਂ ਨੇ ਕਹਿ ਤਾ ਹਾਂ ਮਹਾਰਾਜ ਡੁੱਬ ਗਿਆ, ਕਈ ਉੱਠ ਕੇ ਆਏ ਵੀ ਖੋਰੇ ਤੈਰਦਾ ਹੀ ਨਾ ਹੋਵੇ, ਵੇਖ ਕੇ ਕਹਿੰਦੇ ਮਹਾਰਾਜ ਡੁੱਬ ਗਿਆ। ਸਤਿਗੁਰੂ ਕਹਿੰਦੇ ਪੱਥਰ ਡੁੱਬ ਗਿਆ, ਹਾਂ ਮਹਾਰਾਜ ਡੁੱਬ ਗਿਆ। ਕਲਗੀਆਂ ਵਾਲੇ ਕਹਿੰਦੇ ਦੱਸੋ ਕਿਉਂ ਡੁੱਬ ਗਿਆ, ਇਹ ਕਿਉਂ ਡੁੱਬ ਗਿਆ।
सारे कहते महाराज पत्थर सी भारा है तो डुबेगा ही, पत्थर सी तो डुब गया। कहते दसो क्यों डुब गया? सारे ही कही जान पत्थर सी डुब गया, पत्थर ने डुबना ही है, भारा सी डुब गया। सब बोले नंद लाल जी महाराज के आसन के नाल सिर रख लाया होया, तखत के नाल सिर लाया। महाराज कहते नंद लाल जी तुसी नहीं बोलते, तुसी नहीं बोलते। महाराज मैं की बोलना, नहीं दसो ये पत्थर क्यों डुब गया? उची उची रोन लग पे नंद लाल जी, उची उची रोन लग पे। महाराज कहते रोवो ना, जवाब दो ये पत्थर क्यों डुब गया? गल ना निकले, गला रुक गया। जवाब दो, कहने महाराज इस पत्थर नु कौन सी डोबन वाला? आ बाल्टी की इन कोई समुद्र भी नहीं सी डोब सकता, जे तुहाडे हाथ च रहिंदा ये डुबिया ही तां ये तुहाडे हथों निकल गया। जेड़ा तुहाडे हथों निकल गया वो डुबिया ही डुबिया, वो ज्यौंदा ही मर गया जेड़ा तुहाडे हथों निकल गया। जेड़ा महाराज तुहाडे हाथ च है ओनू डोबन वाला कोई नहीं, जेड़ा तुहाडे हथों निकलेगा ओहदे नाल आही बणेगा। जेड़ा गुरु के हथों निकल जाता है वह डुबे ही डुबे, यह सच्चाई है। बिल्कुल देखो गल निकी गई है, रमज बड़ी बड़ी, गल तो छुट्टी जी। सतगुर के हाथ च रवांगे जिन्ना चिर, सतगुर के हाथ च रहना की है? हाथ च रहना की है? जिहड़ी सतगुर ने रहत दित्ती है उहदे विच रहो, मर्यादा च रहो, सतगुर के हाथ च रहने वाली है। सुनो सरदार कई बार कहता नहीं, परिवार का मैंबर मुखी कहता सारा टब्बर मेरे हाथ च, कहते नहीं तुसी कई बार तुसी कहते हो फलाना बंदा तो मेरे हाथ च, गल ही कोई नहीं। आम आप कहते हाथ च की है? वो साड़ी गल मानता है, वो साडे कहने च चलता है। जेड़ा बंदा साडे कहने च है आप कहने बच्चा हथों निकल गया, बच्चा कहने नहीं, कहने च नहीं जेड़ा वो हथों निकल गया। जेड़ा प्यो दे कहने च है वो प्यो दे हथ च है, जेड़ा गुरु गोबिंद सिंह दे कहने च है वो किदे हथ च है? वो गुरु गोबिंद सिंह दे हथ च। ते जेड़ा सतगुर दे हथ च है ओनू मारन वाला कौन? जेड़ा सतगुर के हाथ च है ओनू जमान का कदा डर? सतगुर के हाथ च रहना की है? सतगुर की दसी हुई रहत च रहना, भी पांच कटार पाने ने, दाढ़ी रखनी है, केस रखने ने, दस्तार सजानी है, माड़े कम्मां तों बचना है, शराब नहीं पीनी, तंबाकू नहीं खाना, मांस नहीं खाना, यह रहत। पांच कारां दे धार नहीं होना, चार बजर प्रेतां तो बचना है, बस तू इन्हां ते चल, तू गुरु गोबिंद सिंह दे हाथ च रहेगा। वह भी कहणगे ये मेरे हाथ च है, ते जिहड़ा सतगुर दे हाथ च उहनूं कहदा डर? ते जिहड़ा रहत चों निकल गया वह गुरु दे हथों निकल गया, वह ज्यौंदा ही मरिया। सो जीविआ महाराज मनदे ही बाणी, मनदे ही उहनां नूं ज्यौंदे। सो जीविआ जिन मन वसिया सोए, नानक अवर ना जीवे कोए। कहिंदे ज्यौंदा ही कोई नहीं हो, ज्यौंदा ही है जिहदे अंदर नाम वसिया। जे जीवे पत नथी जाए सब हराम, जेता किश खाए। पत ते है ही नाम जपण वालिआं दी, बंदगी वालिआं दी पत है। इस करके नाम तो बिना पार उतारा नहीं किसे दा। सतगुर की मर्यादा विच रहना। आपां वेखदे आं 84 दा रौला पिया, अटैक होया घल्लूकारा, तीसरा घल्लूकारा भी किया गया, वड्डा घल्लूकारा छोटा घल्लूकारा होया, ये भी घल्लूकारा ही। ब्लू स्टार ऑपरेशन सन 84 जो कुछ दुखान वापरिया, आ जिहड़े वो दिन चल रहे हैं 4, 5, 6 जून, अज 5 जून, कल 6 जून,
ਥਾਂ ਥਾਂ ਤੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਸ਼ਹੀਦ ਚਮਕਦੇ ਨੇ। ਮੈਨੂੰ ਦੱਸੋ ਅੱਜ ਤੋਂ 20 ਸਾਲ ਪਹਿਲਾਂ ਮਨਾਈ ਜਾਂਦੀ ਸੀ ਯਾਦ ਕਿਤੇ? ਬੋਲੋ, ਕਿਸੇ ਸਟੇਜ ਤੇ ਨਾਮ ਲਿਆ ਜਾਂਦਾ ਸੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੋਣਾ ਦਾ? ਨਹੀਂ। ਪਰ ਸਮਾਂ ਜਿਵੇਂ ਜਿਵੇਂ ਬੀਤ ਰਿਹਾ ਹੈ ਸ਼ਹੀਦ ਚਮਕ ਰਹੇ ਨੇ। 30 ਸਾਲ ਪਹਿਲਾਂ ਦੇ ਮਰੇ ਭੁੱਲ ਗਏ, ਸਾਨੂੰ 10 ਸਾਲ ਪਹਿਲਾਂ ਮਰਿਆ ਘਰ ਦਾ ਜੀ ਹੌਲੀ ਹੌਲੀ ਭੁੱਲ ਗਿਆ। ਕਦੇ ਯਾਦ ਕਰਨੇ ਆ ਵੀ ਬਾਪੂ ਵੀ ਸੀ, ਰੋਜ਼ ਤੇ ਨਹੀਂ ਗੱਲਾਂ ਕਰਦੇ ਬਹਿ ਕੇ ਵੀ ਰੋਜ਼ ਹੀ ਉਹਦੀਆਂ ਗੱਲਾਂ ਕਰੀ ਜਾਂਦੇ, ਰੋਜ਼ ਕਰਦੇ। ਪਰ ਜਿਵੇਂ ਜਿਵੇਂ ਸਮਾਂ ਬੀਤੇਗਾ ਇਹ ਸ਼ਹੀਦ ਹੋਰ ਚਮਕਣਗੇ। ਅਸੀਂ ਭੁੱਲ ਜਾਵਾਂਗੇ ਦੁਨੀਆਂ ਦੇ ਲੋਕ, ਆਪਾਂ ਮਰ ਜਾਣਾ ਹੈ, ਆਪਾਂ ਨੂੰ ਲੋਕਾਂ ਨੇ ਭੁੱਲ ਜਾਣਾ ਹੈ। ਪਰ ਜਿਹੜਾ ਕੌਮ ਲਈ ਸ਼ਹੀਦ ਹੋ ਜਾਏ ਉਹ ਜਿਵੇਂ ਜਿਵੇਂ ਸਮਾਂ ਬੀਤੇਗਾ ਓਨਾ ਹੀ ਜ਼ਿਆਦਾ ਚਮਕੇਗਾ। ਹੈ ਕਮਾਲ ਦੀ ਗੱਲ। ਮੈਂ ਗਰਜ ਬਹੁਤ ਵਾਰ ਕਰਨਾ, ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ। ਜ਼ਮਾਨਾ ਇੱਕ ਸਾਰ ਨਹੀਂ ਰਹਿੰਦਾ, ਵੇਖੋ ਜਰਾ ਸੁਣਿਓ। ਬਾਬਾ ਜਰਨੈਲ ਸਿੰਘ ਸਾਹਿਬ ਮਹਾਂਪੁਰਖ ਸ਼ਹੀਦ ਹੋਏ, ਬੜੇ ਲੋਕ ਉਸ ਵੇਲੇ ਦੇ ਪੁਰਾਣੇ ਜਿਹੜੇ, ਹੁਣ ਵੀ ਚਲੋ ਇਦਾਂ ਦੇ ਲੋਕ ਤੇ ਅੱਜ ਵੀ ਹੈ ਨੇ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਦੁਨੀਆਂ ਦਾ ਸਿਸਟਮ ਵੇਖ ਲਓ ਕਿੱਦਾਂ ਦਾ ਹੈ। ਉਹ ਛਾਤੀਆਂ ਚ ਗੋਲੀਆਂ ਖਾ ਗਏ, ਕਈ ਅਜੇ ਵੀ ਖੁਸ਼ ਨਹੀਂ ਹੋਏ, ਖੁਸ਼ ਨਹੀਂ ਹੋਏ। ਇੱਕ ਤੇ ਗੱਲਾਂ ਕਰਦਾ, ਇੱਕ ਕਥਾ ਕਰਦਾ, ਇੱਕ ਕੀਰਤਨੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਸਾਨੂੰ ਇੱਦਾਂ ਕਿਵੇਂ ਕਹਿ ਦਿੱਤਾ ਕਿਸੇ ਨੇ। ਫਿਰ ਮੈਂ ਜਦੋਂ ਯਾਦ ਕਰਦਾ ਇਸ ਗੱਲ ਨੂੰ ਵੀ ਇਹ ਲੋਕ ਤੇ ਛਾਤੀਆਂ ਚ ਗੋਲੀਆਂ ਖਾਣ ਤੋਂ ਬਾਅਦ ਵੀ ਖੁਸ਼ ਨਹੀਂ ਹੁੰਦੇ, ਅਸੀਂ ਕਿੱਥੋਂ ਖੁਸ਼ ਕਰਨਾ? ਦੁਨੀਆਂ ਦਾ ਸਿਸਟਮ ਇੱਦਾਂ ਦਾ, ਸੁਭਾਅ ਇੱਦਾਂ ਦਾ, ਦੁਨੀਆਂ ਦਾ ਸੰਸਾਰ ਦਾ ਸੁਭਾਅ ਇੱਦਾਂ ਦਾ। ਪਿਆ ਲੋਕ ਕਹਿੰਦੇ ਸੀ ਕੀ ਖੱਟਿਆ ਬਾਬਾ ਜੀ, ਕੀ ਖੱਟਿਆ, ਚਲੇ ਗਏ, ਸ਼ਹੀਦ ਹੋ ਗਏ। ਪਰ ਜੋ ਖੱਟ ਗਏ ਉਹੋ ਜੀ ਖੱਟੀ ਨਹੀਂ ਖੱਟੀ ਕਿਸੇ ਦੀ। ਵੇਖੋ ਕਿਵੇਂ ਨਾਮ ਚਮਕਦਾ। ਵਿਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਉਹਨਾਂ ਦੀਆਂ ਚੌਂਕਾਂ 'ਚ ਵੀ ਲੱਗੀਆਂ ਨੇ ਉਹਨਾਂ ਦੀਆਂ। ਆਪਣੇ ਪੰਜਾਬ 'ਚ ਵੀ ਟੀ ਸ਼ਰਟਾਂ ਪਾਉਂਦੇ ਨੇ ਲੋਕ ਛਾਤੀਆਂ ਤੇ ਫੋਟੋਆਂ। ਮੈਂ ਵੇਖਦਾ ਤੇ ਮੈਂ ਕਹਿੰਦਾ ਫੋਟੋਆਂ ਉਹਨਾਂ ਦੀਆਂ ਵਿਕਦੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਵੇਚ ਹੀ ਦਿੱਤਾ ਗੁਰੂ ਲਈ, ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਨੇ ਕੁਰਬਾਨ ਕਰ ਦਿੱਤਾ ਉਹਨਾਂ ਦੀਆਂ ਹੀ ਵਿਕਦੀਆਂ ਨੇ। ਜਿਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਪਰ ਜਿਨ੍ਹਾਂ ਨੇ ਆਪਣਾ ਮੁੱਲ ਪਾ ਲਿਆ ਜਾਨ ਪਿਆਰੀ ਜਾਣ ਲਈ ਉਹਨਾਂ ਨੂੰ ਨਹੀਂ, ਜਿਹੜੇ ਹੱਥ ਖੜੇ ਕਰਕੇ ਆ ਗਏ ਸੀ ਉਹਨਾਂ ਨੂੰ ਕੌਣ ਪੁੱਛਦਾ? ਇਹ ਤੇ ਉਹਨਾਂ ਨੂੰ ਹੀ ਦੁਨੀਆਂ ਪੁੱਛਦੀ। ਸਦਾ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਅਗਰ ਪੱਲੇ ਸੱਚ ਹੈ ਤੇ ਤੁਰਿਆ ਚੱਲ ਪਰਵਾਹ ਨਾ ਕਰ। ਕਦੇ ਇੱਕ ਸਾਰ ਨਹੀਂ ਰਹਿੰਦੇ, ਇੱਕੋ ਜਿਹਾ ਸਮਾਂ ਸਦਾ ਨਹੀਂ ਰਹੇਗਾ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਉਹ ਗੱਜ ਕੇ ਇੱਕ ਸਾਰ ਨਹੀਂ ਰਹਿੰਦੇ, ਜ਼ਮਾਨੇ ਬਦਲ ਜਾਂਦੇ ਨੇ। ਕਦੇ ਜ਼ਮਾਨੇ ਬਦਲ ਜਾਂਦੇ ਨੇ। ਕਦੇ
कदे आ सिर चुका से सिर चुकन दावे कदे आ सिर चुका से कदे आ सिर चुका से कदे आ सिर झुकांदे सिर झुकण ना दे कदे आ सिर झुकांदे सिर झुकण ना दे कदे आ सिर झुकांदे सिर झुकण ना दे कदे आ सिर झुकांदे जेडे सिर झुकण ना दे झुकांदे ने कदे एक सार नहीं रहिंदे जमाने बदल जांदे ने जेड़े सिर चुकन ना देवन कदे आ सिर झुकांदे ओ सिर झुकाउणा पैंदा उहनां नूं जे सच ते तुरीए जिंदगी दे राहां विच चलदियां ध्यान दियो जिंदगी दे राहां विच चलदियां कई कंडे तेरे नाल खैणगे तुरिया जाई रुकी ना लोकां दी परवाह ना करी एक दिन तेरे बूहे विच आके फुल भी सलाम कहण परवाह ना कर कंडियां दी कंडियां दी परवाह ना करदा होया तुरिया चल फुल भी तेरे अगे आके चुग पैणगे आएगा जरूर इस सच्चाई है बिल्कुल हुण वेखो अखबारां विच पेपरां विच किन्नियां किन्नियां फोटोआं लगदियां शहीदी दिहाड़ा मनाया जा रहा उत्थे भी प्रोग्राम उत्थे भी प्रोग्राम उत्थे भी प्रोग्राम हुण यादगार बन रही है श्री अकाल तख्त साहिब के सामने उत्थे भी बाबा जी दीआं तस्वीरां लगणियां उत्थे भी महापुरखां दा नाम चमकणा है जिवें जिवें समा बीतेगा उन्होंने होर चमकना है क्योंकि सच चमकदा है सच ते सच ही रहना है सच सच रहेगा जिवें सूरज चढ़िया आपां हुण कई दफा जिवें अज सारा दिन बदल रहे हैं ते आपां कहांगे सूरज ते चढ़िया ही नहीं सारा दिन सूरज ते चढ़िया ही हुंदा है ਉਹ ਸੱਚੀ ਸਰਕਾਰ ਦਾ ਨੌਕਰ ਹੈ ਉਹ ਕਰਤਾਰ ਦਾ ਨੌਕਰ ਹੈ ਸੂਰਜ ਤੇ ਰੋਜ਼ ਚੜ੍ਹਦਾ ਹੈ ਉਹ ਗੱਲ ਵੱਖ ਹੈ ਵੀ ਬੱਦਲਾਂ ਨੇ ਲੁਕੋ ਲਿਆ ਧੁੰਦ ਲੁਕੋ ਲੈਂਦੀ ਹੈ ਸੂਰਜ ਨੂੰ ਬੱਦਲ ਲੁਕੋ ਲੈਂਦੇ ਨੇ ਸੂਰਜ ਤੇ ਸਦਾ ਹੀ ਹੁੰਦਾ ਹੈ ਸੱਚ ਤੇ ਸਦਾ ਹੀ ਹੈ ਪਰ ਥੋੜੇ ਚਿਰ ਲਈ ਬੱਦਲ ਆ ਜਾਂਦੇ ਆ ਝੂਠ ਦੇ ਉਹ ਸਮਾਂ ਲੰਘ ਸਕਦਾ 2 ਸਾਲ ਵੀ ਲੰਘ ਸਕਦੇ 10 ਵੀ ਲੰਘ ਸਕਦੇ 20 ਸਾਲ ਵੀ ਲੰਘ ਸਕਦੇ 30 ਵੀ ਲੰਘ ਸਕਦੇ ਆ ਹੁਣ 30 ਸਾਲ ਤੇ ਅਜੇ ਹੋਣੇ ਨੇ 14 ਚ ਜਾ ਕੇ 14 ਚ 30 ਸਾਲ ਹੋਣੇ ਨੇ ਉਦੋਂ ਤੱਕ ਤੇ ਹੋਰ ਵੀ ਵੇਖਿਓ ਤੁਸੀਂ ਆਪਣੇ ਵੇਖਦਿਆਂ ਵੇਖਦੇ ਜਿਹੜੇ ਗੱਲਾਂ ਕਰਦੇ ਸੀ ਅੱਜ ਉਹੀ ਝੁਕਦੇ ਨੇ ਜਿਹੜੇ ਮਾੜਾ ਕਹਿੰਦੇ ਸੀ ਉਹੀ ਜਾਦਾ ਮਨਾਉਂਦੇ ਨੇ ਉਹਨਾਂ ਦੇ ਨਾਮ ਤੇ ਪਤਾ ਨਹੀਂ ਕਿੰਨੇ ਕੁ ਖਾ ਵੀ ਰਹੇ ਨੇ ਉਹਨਾਂ ਦਾ ਨਾਂ ਲੈ ਕੇ ਬੜੇ ਲੋਕ ਨੇ ਰੋਟੀਆਂ ਸੇਕਣ ਵਾਲੇ ਹੀ ਨੇ ਜਿਹੜੇ ਬਾਬਾ ਜੀ ਦਾ ਨਾਂ ਸਿਰਫ ਇਹਨਾਂ ਕੰਮਾਂ ਲਈ ਲੈਂਦੇ ਹੋ ਉਹ ਐਸੇ ਮਹਾਂਪੁਰਖ ਸੱਤ ਪੁੱਤਰ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਗਏ ਇਹਨਾਂ ਦੇ ਪਿਤਾ ਨੂੰ ਆਖਣ ਲੱਗੇ ਕਹਿੰਦੇ ਸੱਤ ਨੇ ਇੱਕ ਸੇਵਾ ਚਲਾ ਦੇ ਕਮਾਲ ਦੀ ਗੱਲ ਇਹ ਵੇਖੋ ਲਾਈਨ ਚ ਖਿਲਾਰ ਤੇ ਸੱਤੇ ਕਹਿੰਦੇ ਜਿਹੜਾ ਮਰਜ਼ੀ ਲੈ ਜਾਓ ਰੱਖੋ ਸਿਰ ਤੇ ਹੱਥ ਦੱਸੋ ਕਿਹੜਾ ਚਾਹੀਦਾ ਸੱਤੇ ਲਾਈਨ ਚ ਖਿਲਾਰ ਮਹਾਂਪੁਰਖਾਂ ਨੇ ਇਕੱਲੇ ਇਕੱਲੇ ਨੂੰ ਵੇਖਿਆ ਜਦੋਂ ਇਹ ਸਾਰਿਆਂ ਨਾਲੋਂ ਛੋਟੇ ਇਹਨਾਂ ਕੋਲ ਆਏ ਕਹਿੰਦੇ ਆਹੀ ਦੇ ਦਿਓ ਮਸਤਕ ਪੜ ਲਿਆ ਸਾਡੀਆਂ ਅੱਖਾਂ ਤਨ ਵੇਖ ਸਕਦੀਆਂ ਨੇ
महापुरख साडे अंदरले विचार पढ़ लेंगे साडे मन च की ओ भी उन्हां नूं पता लगता। मैं गल महापुरख दी कीती होवे अंदरली भावना नूं भी समझ दे दे इहनूं दे दे जरनैल सिंह फिर इन्नी कमाई की। एक बारी संत ज्ञानी गुरबचन सिंह जी नूं पुछिया कहिंदे जी पूरन गुरसिख की परिभाषा गुरबाणी दसदी है ਤੁਸੀਂ ਸਾਨੂੰ ਅਰਥ ਕਰਕੇ ਵੀ ਸਮਝਾਉਂਦੇ ਹੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ। ਇਹ ਗੁਰਸਿੱਖ ਦੀ ਡੈਫੀਨੇਸ਼ਨ ਹੈ ਇਸ ਸ਼ਬਦ ਵਿੱਚ ਵੀ ਗੁਰਸਿੱਖ ਕਿਹੋ ਜਿਹਾ ਚਾਹੀਦਾ। ਗੁਰਸਿੱਖ ਕਿਹੋ ਜਿਹਾ ਚਾਹੀਦਾ ਤੇ ਮਹਾਰਾਜ ਮਹਾਂਪੁਰਖਾਂ ਨੂੰ ਪੁੱਛਿਆ ਕਹਿੰਦੇ ਜੀ ਦੱਸੋ ਵੀ ਪੂਰਨ ਗੁਰਸਿੱਖ ਤੁਹਾਡੇ ਜਥੇ ਵਿੱਚ ਬੜੇ ਸੇਵਾਦਾਰ ਨੇ ਬਾਬਾ ਗੁਰਬਚਨ ਸਿੰਘ ਸਾਹਿਬ ਭਿੰਡਰਾਂ ਵਾਲੇ 200 ਸਿੰਘ ਨਾਲ ਰੱਖਦੇ ਸੀ ਜਿੱਥੇ ਜਾਂਦੇ ਸੀ 200 ਸਿੰਘ ਨਾਲ ਹੀ ਹੁੰਦਾ ਸੀ ਉਹਨਾਂ ਹਰ ਵੇਲੇ 200 ਕਹਿੰਦੇ ਇਹਨਾਂ ਚੋਂ ਪੂਰਨ ਗੁਰਸਿੱਖ ਗੁਰਬਾਣੀ ਮੁਤਾਬਕ ਤੁਹਾਡੇ ਜਥੇ 'ਚ ਕੌਣ ਹੈ ਦੱਸ ਦਿਓ ਜਰਾ। ਕਹਿੰਦੇ ਹੈ ਤੇ ਸਾਰੇ ਹੀ ਇੱਕ ਤੋਂ ਇੱਕ ਕਮਾਈ ਵਾਲੇ ਬੰਦਗੀ ਵਾਲੇ। ਕਹਿੰਦੇ ਨਹੀਂ ਇੱਕ ਦਾ ਨਾਂ ਲੈ ਦਿਓ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦੂਰ ਬੈਠਿਆਂ ਵੱਲ ਇਸ਼ਾਰਾ ਕੀਤਾ ਕਹਿੰਦੇ ਉਹ ਬੈਠਾ ਹੈ ਜਰਨੈਲ ਸਿੰਘ ਨਾਂ ਹੈ ਉਹਦਾ ਬੈਠਾ ਬਾਣੀ ਪੜ੍ਹਦਾ ਹੈ। ਕਹਿੰਦੇ ਜਾਓ ਦਰਸ਼ਨ ਕਰ ਲਓ ਇਹ ਪੂਰਨ ਗੁਰਸਿੱਖ ਹੈ ਸਾਡੇ ਜਥੇ ਚ। ਪੂਰਨ ਗੁਰਸਿੱਖ ਵੇਖੋ ਲੋਕਾਂ ਦੀਆਂ ਗੱਲਾਂ ਨੇ ਕੋਈ ਜੋ ਮਰਜ਼ੀ ਆਖੀ ਜਾਏ। ਉਹਨਾਂ ਨੇ ਜੀ ਗਰਮ ਪ੍ਰਚਾਰ ਕੀਤਾ ਉਹ ਭੜਕਾਊ ਸਨ ਉਹਨਾਂ ਨੇ ਲੋਕਾਂ ਨੂੰ ਭੜਕਾਇਆ ਉਹ ਹਿੰਦੂਆਂ ਦੇ ਵਿਰੋਧੀ ਸੀ। ਇਹ ਲੋਕ ਜੋ ਮਰਜ਼ੀ ਕਹੀ ਜਾਣ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਸਾਰੀਆਂ ਟੇਪਾਂ ਸੁਣ ਲਓ ਇੱਕ ਇੱਕ ਗੱਲ ਦਲੀਲ ਨਾਲ ਕਰਦੇ ਏਦਾਂ ਹੀ ਨਹੀਂ ਉਹ ਦੱਸਦੇ ਨੇ ਮੈਂ ਕਿਉਂ ਆ ਸ਼ਬਦ ਵਰਤਿਆ ਮੈਂ ਕਿਉਂ ਏਦਾਂ ਕਹਿੰਦਾ ਮੈਨੂੰ ਦੁੱਖ ਕਿਸ ਗੱਲ ਦਾ। ਉਹ ਕਹਿੰਦੇ ਨੇ ਉਹ ਤਸੱਲੀ ਕਰਾਉਂਦੇ ਨੇ ਪੂਰੀ। ਜੇ ਬੰਦਾ ਉਦਾਂ ਹੀ ਵਿਰੋਧੀ ਹੋਈ ਹੋਵੇ ਉਹਦੀ ਤੇ ਗੱਲ ਵੱਖਰੀ ਹੈ ਨਹੀਂ ਤੇ ਹਰ ਇੱਕ ਬੰਦੇ ਦੀ ਤਸੱਲੀ ਕਰਾਉਂਦੇ ਨੇ ਹਰ ਗੱਲ ਉਹ ਦਲੀਲ ਨਾਲ ਕਰਦੇ ਨੇ। ਉਹ ਆਮ ਸ਼ਬਦ ਵਰਤਦੇ ਸੀ ਦਲੀਲ ਨਾਲ ਕਾਇਲ ਕਰਾਂਗਾ ਏਦਾਂ ਕਹਿੰਦੇ ਹੁੰਦੇ ਸੀ ਦਲੀਲ ਨਾਲ ਕਾਇਲ ਕਰਾਂਗਾ ਏਦਾਂ ਹੀ ਨਹੀਂ ਜੋ ਕਹਿਤਾ ਕਹਿਤਾ ਹਰ ਗੱਲ ਦਲੀਲ ਨਾਲ ਕਰਦੇ ਸੀ। ਪੁੱਛਦੇ ਸੀ ਲੋਕਾਂ ਨੂੰ ਦੱਸੋ ਏਦਾਂ ਹੋਇਆ ਆ ਹੋਇਆ ਆ ਹੋਇਆ ਜੇ ਮੈਂ ਏਦਾਂ ਕਹਿਤਾ ਤੇ ਫਿਰ ਕੀ ਹੋ ਗਿਆ ਏਦਾਂ ਕਹਿੰਦੇ ਸੀ। ਉਹਨਾਂ ਦੀ ਹਰ ਗੱਲ ਵਿੱਚ ਦਲੀਲ ਸੀ। ਪਾਣੀ ਚ ਡਾਂਗਾ ਨਹੀਂ ਸੀ ਮਾਰਦੇ ਜਵਾਬ ਸੀ ਉਹਨਾਂ ਕੋਲ ਹਰ ਗੱਲ ਦਾ। ਤੇ ਸੰਗਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਹਿੰਦੇ ਉਹ ਪੂਰਨ ਗੁਰਸਿੱਖ ਬੈਠਾ ਹੈ ਉਹਦੇ ਦਰਸ਼ਨ ਕਰ ਲਓ ਤੇ ਨਾਲ ਆਖਿਆ ਕਹਿੰਦੇ ਇਹ ਉਹ ਹੈ ਜਿਹਨੇ ਇੱਕ ਦਿਨ ਸਾਰੀ ਕੌਮ ਦੀ ਵਾਗਡੋਰ ਸੰਭਾਲਣੀ ਇਹ ਉਹ ਹੈ। ਇਹਨਾਂ ਨਿਤਨੇਮ ਉਹ ਕਰਦੇ ਸੀ ਹਰ ਵੇਲੇ ਐਵੇਂ ਨਹੀਂ ਏਡਾ ਵੱਡਾ ਜਜ਼ਬਾ ਆਇਆ ਐਡੀ ਦ੍ਰਿੜਤਾ ਕੇਂਦਰ ਨੂੰ ਵੰਗਾਰ ਦੇਣਾ ਕੋਈ ਖੇਡ ਨਹੀਂ ਪਈ ਕੇਂਦਰ ਨਾਲ ਟੱਕਰ ਲੈ ਲੈਣੀ। ਮੈਂ ਤੇ ਕਿਹਾ ਸੀ ਇੱਕ ਦਫਾ ਕੱਲ ਬਾਬੇ ਰਾਮਦੇਵ ਹੋਣਾ ਨੇ ਭੁੱਖ ਹੜਤਾਲ ਰੱਖੀ ਸੀ ਤੁਸੀਂ ਵੇਖਿਆ ਸੀ। ਮੈਂ ਬਾਬੇ ਰਾਮਦੇਵ ਹੋਣਾ ਦਾ ਵਿਰੋਧੀ ਨਹੀਂ ਹਾਂ ਭ੍ਰਿਸ਼ਟਾਚਾਰ ਦਾ ਮੁੱਦਾ ਬੜਾ ਕਮਾਲ ਦਾ ਕਾਲਾ ਧਨ ਇੰਡੀਆ 'ਚ ਵਾਪਸ ਆਵੇ ਇਹ ਗੱਲ ਬੜੀ ਕਮਾਲ ਦੀ। ਲੋਕਪਾਲ ਬਿੱਲ ਪਾਸ ਹੋਵੇ ਅੰਨਾ ਹਜ਼ਾਰੇ ਇਹ ਕਹਿੰਦਾ ਇਹ ਚੰਗੀ ਗੱਲ। ਵੇਖੋ ਅਸੀਂ ਬਾਬੇ ਰਾਮਦੇਵ ਦੇ ਵਿਰੋਧੀ ਨਹੀਂ ਮੈਂ ਤੇ ਸਟੇਜ ਤੇ ਉਹਨਾਂ ਦੀ ਸੋਭਾ ਵੀ ਕੀਤੀ ਕਈ ਵਾਰੀ। ਯੋਗਾ ਕਰਾਉਣਾ ਜਿਹੜਾ ਹੈ ਇਹ ਬੜਾ ਚੰਗਾ ਹੈ ਲੋਕਾਂ ਨੂੰ ਦਵਾਈਆਂ ਨਾਲੋਂ ਖਹਿੜਾ ਛੁੱਟਦਾ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਰੋਗ ਨੇ ਅੱਜ ਕੱਲ ਜੇ ਬੰਦਾ ਯੋਗਾ ਕਰਕੇ ਠੀਕ ਹੋ ਜਾਏ ਤੇ ਚੰਗੀ ਗੱਲ ਮਾੜੀ ਨਹੀਂ ਹੈ ਉਹਨਾਂ ਨੇ ਚੰਗਾ ਕੀਤਾ।
पर उन्होंने एक बयान दिता काफी चिर हो गया है पंजाब आने तो पहला उन्होंने कहा कहते सिख ते सप का कोई भरोसा नहीं हुण सिख ते सप सप सिख उन्होंने कहता कहते सिख ते सप का कोई भरोसा नहीं हुण ध्यान दिओ जरा उन्हां दी विरोधता मनमोहन सिंह नाल हो सकती है वह नाम लैके कह दे पर वो सारे सिखां नूं सप नहीं कह सकते भी सिख ते सप ते भरोसा नहीं किया जा सकता ਇਹ ਸਵਾਲ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਕੀਤਾ ਹੈ ਉਹ ਪੰਜਾਬ ਜਦੋਂ ਆਏ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਉਹ ਪਾਸਾ ਹੀ ਵੱਟ ਗਏ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਬੰਦਾ ਬੋਲਦਾ ਬੋਲਦਾ ਕਈ ਵਾਰੀ ਭਾਵੁਕ ਹੋ ਕੇ ਉਹ ਅੰਦਰ ਦੀ ਗੱਲ ਕਈ ਵਾਰੀ ਹੁੰਦੀ ਤੇ ਅੰਦਰ ਹੈ ਕਈ ਵਾਰੀ ਬਾਹਰ ਆ ਜਾਂਦੀ ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਪਿਆਮ ਇੱਕ ਵਾਰੀ ਇਹ ਗੱਲ ਕਰੀ ਦੀ ਗੁਰਮੁਖੋ ਕਈ ਲੋਕ ਕਹਿੰਦੇ ਨੇ ਹਿੰਦੂ ਤੇ ਸਿੱਖ ਚ ਕੀ ਫਰਕ ਹੈ ਹਿੰਦੂ ਤੇ ਸਿੱਖ ਕੀ ਫਰਕ ਹੈ ਕਈ ਤੇ ਇੱਦਾਂ ਵੀ ਕਹਿੰਦੇ ਆ ਵੀ ਹਿੰਦੂਆਂ ਚੋਂ ਸਿੱਖ ਪੈਦਾ ਹੋਏ ਨੇ ਨੌ ਮਾਸ ਦਾ ਰਿਸ਼ਤਾ ਹੈ ਲੋਕ ਉਸ ਵੇਲੇ ਬਾਬਾ ਜਰਨੈਲ ਸਿੰਘ ਨੂੰ ਕਹਿੰਦੇ ਸੀ ਕਹਿੰਦੇ ਨੌ ਮਾਸ ਦਾ ਰਿਸ਼ਤਾ ਵੱਖ ਕਰ ਦੇਣ ਹਿੰਦੂਆਂ ਦੇ ਅਸੀਂ ਵਿਰੋਧੀ ਨਹੀਂ ਆ ਪਰ ਜੇ ਤੁਸੀਂ ਇਹ ਕਹੋਗੇ ਨਾ ਵੀ ਸਿੱਖ ਹਿੰਦੂਆਂ ਚੋਂ ਪੈਦਾ ਹੋਏ ਨੇ ਜਾਂ ਫਰਕ ਕੋਈ ਨਹੀਂ ਫਰਕ ਜੇ ਕੱਢਣਾ ਹੈ ਨਾ ਤੇ ਦੋ ਗੱਲਾਂ ਸਾਹਮਣੇ ਰੱਖ ਲਿਓ ਜ਼ਿੰਦਗੀ 'ਚ ਪਿਆ ਰਹੋ ਸਾਰੇ ਦੋ ਗੱਲਾਂ ਕੋਈ ਤੁਹਾਨੂੰ ਸਵਾਲ ਕਰੇ ਇੱਕੋ ਹੀ ਜਵਾਬ ਦੇ ਦਿਆ ਕਰੋ ਕਿਹਾ ਕਰੋ ਕਿ ਟੱਕਰ ਸਰਕਾਰ ਨਾਲ ਕੇਂਦਰ ਨਾਲ ਉਸ ਵੇਲੇ ਇੰਦਰਾ ਗਾਂਧੀ ਨਾਲ ਸਿੱਧੀ ਟੱਕਰ ਬਾਬਾ ਜਰਨੈਲ ਸਿੰਘ ਨੇ ਲਈ ਸੀ ਤੇ ਕੇਂਦਰ ਨਾਲ ਹੀ ਟੱਕਰ ਬਾਬੇ ਰਾਮਦੇਵ ਨੇ ਲਈ ਸੀ ਉੱਥੇ ਤੇ ਵੱਡੇ ਵੱਡੇ ਗੋਲੇ ਚੱਲੇ ਅਸਲੀ ਤੋਪਾਂ ਚੱਲੀਆਂ ਅਸਲੀ ਗੋਲੀਆਂ ਚੱਲੀਆਂ ਬੜੀ ਫੌਜ ਚੜ੍ਹ ਕੇ ਆਈ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸ਼ਹੀਦ ਹੋ ਗਏ ਬੜੇ ਸਿੰਘ ਸ਼ਹੀਦ ਹੋਏ ਬਾਬਾ ਜੀ ਖੁਦ ਸ਼ਹੀਦ ਹੋ ਗਏ ਧਿਆਨ ਦਿਓ ਇੱਕ ਪਾਸੇ ਇੱਥੇ ਤੇ ਉਹ ਹਵਾਈ ਉਦਾਂ ਹੀ ਉਹਨਾਂ ਨੇ ਉੱਪਰ ਹੀ ਚਲਾਏ ਸੀ ਨਾ ਅਥਰੂ ਗੈਸ ਦੇ ਗੋਲੇ ਹੀ ਛੱਡੇ ਸੀ ਸਾਡੇ ਸਤ ਸਿੱਖ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਤੁਹਾਡਾ ਬਾਬਾ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਇਹੀ ਫਰਕ ਹੈ ਹਿੰਦੂ ਦਾ ਤੇ ਸਿੱਖ ਦਾ ਸੁਣਿਓ ਧਿਆਨ ਦਿਓ ਪਿਆਰਿਓ ਬੜਕ ਮਾਰਨੀ ਸੌਖੀ ਹੈ ਖੜਨਾ ਬੜਾ ਔਖਾ ਟੱਕਰ ਲੈਣੀ ਸੌਖੀ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਮੈਂ ਕਰੀ ਜਾਂਦਾ ਇੱਥੇ ਗਾਲਾਂ ਕਢਾਈ ਜਾਊ ਗਾਲਾਂ ਭੈੜੇ ਸ਼ਬਦ ਐਦਾਂ 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 ਕਹੀ ਜਾਓ ਪਰ ਜਿੱਦਣ ਆਏਗਾ ਨਾ ਸਾਹਮਣੇ ਮੌਤ ਦਾ ਮੁਕਾਬਲਾ ਕਰਨਾ ਪਵੇ ਸਾਹਮਣੇ ਫਿਰ ਪਤਾ ਲੱਗਦਾ ਬੜਕ ਮਾਰਨੇ ਆ ਅਸੀਂ ਸਾਨ ਹੁੰਨੇ ਆ ਜਦੋਂ ਅਗਲਾ ਸਵਾ ਸ਼ੇਰ ਮਿਲਦਾ ਨਾ ਫਿਰ ਅਸੀਂ ਪਿੱਛੇ ਜੇ ਹੱਟ ਕੇ ਕਹਿੰਦੇ ਨਹੀਂ ਅਸੀਂ ਤੇ ਗਊ ਦੇ ਜਾਏ ਹੁੰਨੇ ਆ ਪਹਿਲਾਂ ਸਾਧ ਹੁੰਦੇ ਫਿਰ ਗਊ ਦੇ ਜਾਏ ਹੁੰਦੇ ਬਾਬਾ ਜਰਨੈਲ ਸਿੰਘ ਜੋ ਕਿਹਾ ਉਹ ਕਰਕੇ ਵਿਖਾਇਆ ਭੱਜੇ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਣਾ ਇਹ ਖੇਡ ਹੈ ਕੋਈ ਜੇ ਦਲੇਰੀ ਸੀ ਤੇ ਖਲੋ ਜਾਓ ਫਿਰ ਕਿਹੜਾ ਤੋਪ ਆ ਗਈ ਹੈ ਤੇ ਅਥਰੂ ਗੈਸ ਦੇ ਗੋਲੇ ਹੀ ਨੇ ਕੁਛ ਵੀ ਨਹੀਂ ਖਲੋ ਜਾਓ ਇਹ ਫਰਕ ਹੈ ਬੜਕ ਮਾਰਨੀ ਬੜੇ ਮਾਰਦੇ ਨੇ ਪਰ ਉੱਥੇ ਖਲੋ ਜਾਣਾ ਇਹ ਹਰ ਇੱਕ ਦੇ ਵੱਸ ਦੀ ਬਾਤ ਨਹੀਂ ਇਹ ਫਰਕ ਹੈ ਇਹ ਫਿਰ ਕਿੱਥੋਂ ਆਇਆ ਹੈ ਇਹ ਜਿਹੜੀ ਤਾਕਤ ਹੈ ਮਿਲੀ ਕਿੱਥੋਂ ਹੈ ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ ਅਸੀਂ ਮੋਏ ਸਾਹ ਸੀ ਮੁੱਕੇ ਸਾਂ ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸਾਂ ਸਾਨੂੰ ਛੇਰ ਬਣਾਇਆ ਅੰਮ੍ਰਿਤ ਨੇ ਇਹ ਛੇਰਾਂ ਵਾਲੀਆਂ ਬੜਕਾਂ ਅੰਮ੍ਰਿਤ ਵਿੱਚੋਂ ਮਿਲੀਆਂ ਹੋਰ ਨਹੀਂ ਮਿਲੀਆਂ ਸਿੰਘ ਨਾਮ ਛੇਰ ਦਾ ਤੇ ਜੇ ਨਾਂ ਨਾਲ ਸਿੰਘ ਲਾਇਆ ਕਲਗੀਧਰ ਜੀ ਨੇ ਤੇ ਫਿਰ ਸ਼ੇਰਾਂ ਵਰਗੀ ਬੜਕ ਵੀ ਹੈ ਤੇ ਸ਼ੇਰਾਂ ਵਰਗਾ ਦਿਲ ਵੀ ਹੈ ਜਿਗਰੇ ਵੀ ਨੇ ਜੇ ਕੋਈ ਗੱਲ ਕਹਿਣੀ ਹੈ ਤੇ ਫਿਰ ਉਹ ਕਮਾਉਣੀ ਵੀ ਇਦਾਂ ਦੇ ਸਿੰਘ ਹੋਏ ਮੈਂ ਅਰਜ ਬੜੀ ਵਾਰੀ ਕੀਤੀ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ
सिंह सिर कटवाना नहीं मुड़ते मुड़ जाते सिर कटवाना नहीं मुड़ते मुड़ जाते गीत बहारा ए सस्ता खून लटाउंदे ने पुछदे नहीं भाप जादा ने नित मौत कसीदे पढ़ लिए ना सिर लथिया सरदारा दे सिंह सिर कटवाणो नहीं मुड़दे मुड़ जांदे मूह तलवारा बाबा दीप सिंह साहब जी उसे टकसाल दे मुखी सन बाबा जरनैल सिंह साहब महापुरख दमदमी टकसाल दो ही टकसाला चलिया एक भाई मनी सिंह की टकसाल एक बाबा दीप सिंह की टकसाल
ਬਾਬਾ ਦੀਪ ਸਿੰਘ ਦੀ ਟਕਸਾਲ, ਇੱਕ ਭਾਈ ਮਨੀ ਸਿੰਘ ਦੀ ਟਕਸਾਲ, ਇਹ ਸਿਰ ਲੱਥੇ ਜੋਧੇ ਜਿੰਦਾ ਸ਼ਹੀਦ ਧੰਨ ਬਾਬਾ ਦੀਪ ਸਿੰਘ। ਉਸੇ ਸੰਪਰਦਾ ਵਿੱਚੋਂ, ਉਸੇ ਟਕਸਾਲ ਵਿੱਚੋਂ ਸਨ ਬਾਬਾ ਜਰਨੈਲ ਸਿੰਘ ਸਾਹਿਬ। ਜੋ ਕਹਿੰਦੇ ਰਹੇ ਉਹ ਕਮਾ ਕੇ ਵੀ ਵਿਖਾਇਆ। ਇਹ ਐਸਾ ਸਮਾਂ ਸੀ, ਬੜਿਆਂ ਲੋਕਾਂ ਨੂੰ ਪਤਾ ਹੈ, ਕਈਆਂ ਨੇ ਤੇ ਦਰਬਾਰ ਸਾਹਿਬ ਦੇ ਉਹਨਾਂ ਵੇਲਿਆਂ 'ਚ ਦਰਸ਼ਨ ਵੀ ਕੀਤੇ ਨੇ, ਜਾ ਅਕਾਲ ਤਖ਼ਤ ਢਾਇਆ ਹੋਇਆ ਵੀ ਵੇਖਿਆ ਦਰਸ਼ਨ। ਹਰਿਮੰਦਰ ਸਾਹਿਬ ਵਿੱਚ 350 ਤੋਂ ਵੱਧ ਗੋਲੀਆਂ ਵੱਜੀਆਂ ਸੀ, ਗੁੰਬਦ ਵਿੱਚ 350 ਗੋਲੀਆਂ, ਅਖਬਾਰਾਂ ਪੇਪਰਾਂ ਵਿੱਚ ਇਹੀ ਦਿੱਤਾ ਗਿਆ ਸੀ ਕੁਝ ਨਹੀਂ ਹੋਇਆ, ਸ਼ਾਂਤੀ ਰੱਖੋ, ਹੋਇਆ ਹੀ ਕੁਝ ਨਹੀਂ, ਇੱਕ ਵੀ ਗੋਲੀ ਨਹੀਂ ਚੱਲੀ ਦਰਬਾਰ ਸਾਹਿਬ, 350 ਗੋਲੀ ਇਕੱਲੇ ਗੁੰਬਦ ਵਿੱਚ ਲੱਗੀ ਸੀ। ਭਾਈ ਅਮਰੀਕ ਸਿੰਘ, ਰਾਗੀ ਅਮਰੀਕ ਸਿੰਘ, ਬਹੁਤ ਗੁਰਮੁਖ ਰਾਗੀ ਸੀ, ਨੇਤਰਹੀਣ ਸੀ, ਕੀਰਤਨ ਕਰਕੇ ਬਾਹਰ ਆਏ, ਨਾਲ ਵਾਲੇ ਤੇ ਨਿਕਲ ਗਏ, ਇਕੱਲੇ ਹੀ ਸੀ, ਦਿਸਦਾ ਨਹੀਂ ਸੀ, ਉਹਨਾਂ ਨੂੰ ਬਖਸ਼ਿਆ ਨਹੀਂ, ਉਹਨਾਂ ਨੂੰ ਉਹ ਵੀ ਉੱਥੇ ਹੀ ਸ਼ਹੀਦ ਹੋ ਗਏ। ਦੱਖਣ ਵਾਲੇ ਪਾਸਿਓਂ ਚੱਲਣ ਵਾਲੀਆਂ ਗੋਲੀਆਂ, ਅੱਜ ਵਾਲੇ ਦਿਨ, ਆ ਜਿਹੜਾ 5 ਜੂਨ ਹੈ, ਅੱਜ ਵਾਲੇ ਦਿਨ ਸਿੱਧੀ ਗੋਲੀ ਚੱਲੀ, ਤਾਬਿਆ ਬੈਠਾ ਸਿੰਘ ਉਹ ਵੀ ਫੱਟੜ ਹੋਇਆ, ਉਹਦੇ ਮੋਢੇ 'ਚ ਗੋਲੀ ਲੰਘ ਗਈ, ਇੱਕ ਗੋਲੀ ਆਈ ਉਹ ਸਤਿਗੁਰੂ ਜੀ ਦੇ ਸਰੂਪ ਦੇ ਵਿੱਚ, ਅੱਜ ਵਾਲਾ। ਹੁਣ ਆਪਾਂ ਤੇ ਸੁਣੀਆਂ ਗੱਲਾਂ ਨੇ, ਕਈਆਂ ਨੇ ਉਹ ਸਮਾਂ ਵੇਖਿਆ ਹੈ, ਜਿਹੜੇ ਹੁਣ ਬਜ਼ੁਰਗ ਨੇ, ਕਈਆਂ ਦੀਆਂ ਉਮਰਾਂ ਵੱਡੀਆਂ ਨੇ, ਹੁਣ ਸਾਨੂੰ ਤੇ ਨਹੀਂ ਪਤਾ, ਪਰ ਜਿਹੜੇ ਬੰਦੇ ਨੇ ਉਹ ਵੇਖਿਆ, ਉਹਦੇ ਅੰਦਰੋਂ ਇੱਕ ਵਾਰੀ ਜ਼ਰੂਰ ਆਵਾਜ਼ ਆਉਂਦੀ ਸੀ, ਚਰਨਾ ਹੱਟ ਛਿੜਦੀ ਸੀ, ਬਈ ਦਾ ਧੱਕਾ। ਰਾਮ ਰਾਜ, ਰਾਮ ਰਾਜ ਕਾਹਦਾ? ਰਾਮ ਰਾਜ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਹਰ ਇੱਕ ਨੂੰ ਉੱਚਾ ਸਤਿਕਾਰ ਦਿੱਤਾ ਜਾਏ। ਰਾਮ ਸਿੰਘਾਸਨ, ਮਹਾਤਮਾ ਗਾਂਧੀ ਦਾ ਕਹਿਣਾ ਸੀ ਮੈਂ ਰਾਮ ਸਿੰਘਾਸਨ ਲਿਆਉਣਾ ਹੈ, ਰਾਮ ਰਾਜ ਜਿਹਦੇ ਵਿੱਚ ਸਭ ਦਾ ਸਤਿਕਾਰ ਹੋਏਗਾ। ਇੱਕ ਰਾਜ ਸਿੰਘਾਸਨ ਹੈ, ਰਾਜ ਸਿੰਘਾਸਨ ਵਿੱਚ ਸਾਰਿਆਂ ਨੂੰ ਪੈਰਾਂ ਥੱਲੇ ਰੱਖਿਆ ਜਾਂਦਾ, ਰਾਮ ਸਿੰਘਾਸਨ ਵਿੱਚ ਸਾਰਿਆਂ ਨੂੰ ਪਲਕਾਂ ਤੇ ਬਿਠਾਇਆ ਜਾਂਦਾ ਭਾਵੇਂ ਕੋਈ ਹੋਵੇ। ਉਸ ਵੇਲੇ ਫਿਰ ਵੱਡੇ ਵੱਡੇ ਵਿਦਵਾਨ ਕਹਿੰਦੇ ਸੀ, ਕਹਿੰਦੇ ਮਹਾਤਮਾ ਗਾਂਧੀ ਕਿਤੇ ਸਾਨੂੰ ਮਿਲੇ ਤੇ ਮਿਲੇ ਤੇ ਤੈਨੂੰ ਪੁੱਛੀਏ ਵੀ ਰਾਮ ਰਾਜ। 5000 ਤੋਂ ਵੱਧ ਸਿੰਘ, ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਨੇ, ਇਹ ਤੇ ਮੋਟੀ ਮੋਟੀ ਗਿਣਤੀ ਹੈ, ਇਦਾਂ ਹੀ ਅੰਦਾਜ਼ਾ ਹੈ। ਉਸ ਵੇਲੇ ਕਿੰਨਿਆਂ ਥਾਵਾਂ ਉੱਤੇ ਇਕੱਠਾ ਹੀ ਹਮਲਾ, ਕਿੰਨੇ ਇਤਿਹਾਸਕ ਗੁਰਦੁਆਰਿਆਂ ਤੇ ਕੀਤਾ ਗਿਆ ਸੀ, ਇਹ ਕਿੱਧਰ ਦਾ ਰਾਮ ਰਾਜ, ਐਡਾ ਵੱਡਾ ਧੱਕਾ। ਤੇ ਅੱਜ ਤੱਕ ਉਹਨਾਂ ਵੇਲਿਆਂ ਦੇ ਦੋਸ਼ੀ ਖੁੱਲੇ ਤੁਰੇ ਫਿਰਦੇ ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਕਹਿੰਦੇ ਸੀ ਜੋ ਉਹਨਾਂ ਨੇ ਕਰਕੇ ਵੀ ਵਿਖਾਇਆ, ਜਿਹੜਾ ਜੋਸ਼ ਉਹਨਾਂ ਨੇ ਕੌਮ ਵਿੱਚ ਭਰਿਆ, ਆਪ ਭੱਜੇ ਨਹੀਂ, ਜੋ ਕਹਿੰਦੇ ਰਹੇ ਉਹਨਾਂ ਨੇ ਛਾਤੀਆਂ 'ਚ ਗੋਲੀਆਂ ਵੀ ਖਾਧੀਆਂ। ਤੇ ਇਹ ਦ੍ਰਿੜਤਾ ਬਿਨਾਂ ਨਿਤਨੇਮ ਕਰਨ ਤੋਂ, ਬਿਨਾਂ ਅੰਮ੍ਰਿਤ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਤੋਂ ਆ ਨਹੀਂ ਸਕਦੀ। ਸਤਿਗੁਰੂ ਜੀ ਦੇ ਉੱਚੇ ਸੁੱਚੇ ਸਿਧਾਂਤ ਮੈਂ ਅਰਜ ਕਰਦਾ ਰਹਿੰਦਾ, ਬੜੀ ਵਾਰੀ ਮੈਂ ਅੱਗੇ ਵੀ ਸੁਣਾਇਆ ਹੈ, PGI ਹਸਪੀਟਲ ਚੰਡੀਗੜ੍ਹ, ਮੈਂ ਉੱਥੇ ਇੱਕ ਵਾਰੀ ਗਿਆ ਅੱਜ ਤੋਂ 10 ਸਾਲ ਪਹਿਲਾਂ, 10 ਤੋਂ ਵੀ ਜ਼ਿਆਦਾ ਹੀ ਹੋ ਗਏ ਹੋਣਗੇ, 2001-2002 ਦੀ ਗੱਲ। ਡਾਕਟਰ ਉੱਥੇ ਇੱਕ ਬਜ਼ੁਰਗ ਚਿੱਟੇ ਦਾੜੇ ਵਾਲੇ, ਮੈਂ ਬਾਹਰ ਗੱਡੀ 'ਚ ਬੈਠਾ, ਅਸੀਂ ਕਿਸੇ ਦਾ ਪਤਾ ਲੈਣ ਗਏ ਸੀ। ਮੈਨੂੰ ਕਹਿੰਦੇ ਜੀ ਫਤਿਹ ਬੁਲਾਈ, ਕੌਣ ਹੋ ਤੁਸੀਂ? ਮੈਂ ਕਿਹਾ ਇੱਦਾਂ ਪਟਿਆਲੇ ਕੋਲ ਸਥਾਨ ਸ਼ੁਰੂ ਕੀਤਾ ਸੀ, ਉਦੋਂ 2 ਕਮਰੇ ਬਣੇ, ਉੱਥੇ ਰਹਿੰਦੇ ਆ। ਅੱਛਾ, ਕੀਰਤਨ ਕਰਦੇ ਹੋ? ਮੈਂ ਕਿਹਾ ਹਾਂ। ਮੈਨੂੰ ਉਸ ਬਜ਼ੁਰਗ ਨੇ ਆਖਿਆ, ਕਹਿੰਦਾ ਜੀ ਮੈਂ ਕਿਸੇ ਨੂੰ ਨਹੀਂ ਮੰਨਦਾ, ਮੈਂ ਕਿਸੇ ਬਾਬਿਆਂ ਨੂੰ ਨਹੀਂ ਮੰਨਦਾ,
मैं आख्या जी कोई गल नहीं, सतगुरु नूं मन्नदे हो तुसी, अमृत छकिया है, यही चाहिए कि सतगुरु नूं मन्नो। जेड़ा सतगुरु नूं मन्नदा है, जेड़े गुरमतीए महापुरख होणगे उह सारे खुश ने। ਤੂੰ ਗੁਰੂ ਨੂੰ ਮੰਨਣਾ ਹੈ ਤੇ ਸਾਨੂੰ ਅਸੀਂ ਮਨਾ ਕੇ ਲੈਣਾ ਵੀ ਕਿ ਵੀ ਸਾਨੂੰ ਮੰਨ, ਸਾਨੂੰ ਮੰਨਣ ਵਾਲਾ ਕਹਿਣ ਵਾਲਾ ਤੇ ਹੈ ਹੀ ਸਾਧੂ ਹੀ ਨਹੀਂ ਹੁੰਦਾ ਜਿਹੜਾ ਆਖੇ ਮੈਨੂੰ ਮੰਨੋ। ਉਹ ਤੇ ਗੁਰੂ ਨੂੰ ਮੰਨਣ ਦੀ ਗੱਲ ਹੀ ਕਰਦੇ ਨੇ। ਗੁਰਮਤੀ ਹੈ ਜਿਹੜੇ ਉਹ ਆਖਣ ਲੱਗੇ ਨਹੀਂ ਐਸੀ ਗੱਲ ਵੀ ਨਹੀਂ, ਮੈਂ ਮੰਨਣਾ ਇੱਕ ਮਹਾਂਪੁਰਖ ਨੂੰ। ਮੈਂ ਆਖਿਆ ਕੌਣ? ਕਹਿੰਦਾ ਜੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਮੈਂ ਆਖਿਆ ਤੂੰ ਐਡੇ ਵੱਡੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ? ਕਹਿੰਦਾ ਹਾਂ। ਮੈਂ ਕਿਹਾ ਫਿਰ ਸੱਚੀ ਗੱਲ ਹੈ, ਤੂੰ ਕਿਸੇ ਨੂੰ ਮੰਨ ਨਹੀਂ ਸਕਦਾ ਫਿਰ ਹੋਰ, ਇਹ ਵੀ ਗੱਲ ਪੱਕੀ ਹੈ ਵੀ ਜਿਹੜਾ ਉਹਨਾਂ ਨੂੰ ਮੰਨੇ ਉਹ ਕਿਸੇ ਹੋਰ ਨੂੰ ਕਿਵੇਂ ਮੰਨੇਗਾ? ਉਹਦੇ ਫਿੱਟ ਹੀ ਨਹੀਂ ਬਹਿ ਸਕਦਾ ਕੋਈ, ਹੋਰ ਕੋਈ ਉਹਨਾਂ ਵਰਗਾ ਹੈ ਨਹੀਂ। ਹੁਣ ਕੋਈ ਤੀਰ ਫੜੀ ਫਿਰੇ ਦੂਜਾ ਬਾਬਾ ਜਰਨੈਲ ਸਿੰਘ ਬਣ ਜਾਏ, ਉਹ ਤੇ ਉਹੀ ਸੀ। ਲੱਖ ਕੋਈ ਬੰਦਾ ਰੀਸ ਕਰੀ ਜਾਏ, ਹਰ ਇੱਕ ਦਾ ਸਮਾਂ ਹੁੰਦਾ, ਡਿਊਟੀਆਂ ਲਾ ਕੇ ਭੇਜਦਾ ਰੱਬ। ਇੱਕ ਸਮੇਂ ਵਿੱਚ ਇੱਕ ਦਾ ਹੀ ਸਮਾਂ ਹੈ, ਦੂਜੇ ਦਾ ਨਹੀਂ। ਹੁਣ ਬਾਬਾ ਸੰਤ ਮਹਾਰਾਜ ਰਾੜੇ ਵਾਲੇ ਜਿਹੜੇ ਸੰਤ ਮਹਾਂਪੁਰਖ, ਉਹਨਾਂ ਵਰਗੀ ਕੋਈ ਪੱਗ ਬੰਨੇ, ਉਹਨਾਂ ਵਰਗੀ ਖੂੰਡੀ ਫੜ ਲੈ, ਉਹਨਾਂ ਵਰਗੀ ਐਨਕ ਲਾ ਲੈ, ਭਾਵੇਂ ਕੀਰਤਨ ਵੀ ਉਹੋ ਜਿਹਾ ਕਰੀ ਜਾਏ, ਪਰ ਉਹ ਥੋੜਾ ਬਣ ਸਕਦਾ। ਉਹਨਾਂ ਦਾ ਵੇਲਾ ਸੀ ਉਹੀ ਸੀ। ਹਰ ਇੱਕ ਸ਼ਖਸੀਅਤ ਵੱਖਰੀ ਵੱਖਰੀ ਹੁੰਦੀ, ਹਰ ਇੱਕ ਦੀ ਵੱਖਰੀ ਵੱਖਰੀ ਧੁਰੋਂ ਡਿਊਟੀ ਲੱਗੀ ਹੁੰਦੀ। ਕੋਈ ਭਾਵੇਂ ਉਦੋਂ ਵੀ ਗੜਕ ਕੇ ਬੋਲੀ ਜਾਏ, ਉਦੋਂ ਵੀ ਗਰਮ ਬੋਲੇ, ਪਰ ਦੂਸਰਾ ਮਹਾਂਪੁਰਖ ਬਾਬਾ ਜਰਨੈਲ ਸਿੰਘ ਵਰਗਾ ਬਣ ਨਹੀਂ ਸਕਦਾ ਕੋਈ, ਇਹ ਪੱਕੀ ਗੱਲ। ਤੇ ਜਿਹੜਾ ਉਹਨਾਂ ਨੂੰ ਮੰਨੇ ਉਹ ਦੂਜੇ ਨੂੰ ਸਮਝ ਹੀ ਨਹੀਂ ਸਕਦਾ ਕੁਛ। ਮੈਂ ਅਰਜ ਕਰਦਾ ਟੋਬੇ ਚੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ, ਉਹ ਬਗੜਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ। ਜਿਹੜੇ ਬੰਦੇ ਦੀ ਯਾਰੀ ਹੰਸ ਨਾਲ ਹੈ ਉਹ ਬਗਲਿਆਂ 'ਚ ਕਿੱਦਾਂ ਰਲ ਕੇ ਬਹਿ ਜਾਏਗਾ? ਜਿਹਨੇ ਸਾਗਰ 'ਚ ਤਾਰੀ ਲਾਈ ਹੋਵੇ ਉਹ ਛੱਪੜਾਂ 'ਚ ਕਿਉਂ ਵੜੇਗਾ? ਕਬੀਰ ਸਮੁੰਦ ਨਾ ਛੋਟੀ ਹੈ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਹੈ ਕੋਏ। ਜਿਹਨੂੰ ਪੂਰਾ ਮਿਲੇ ਉਹਨੇ ਅਧੂਰਿਆਂ ਤੋਂ ਕੀ ਲੈਣਾ? ਜਿਹਨੂੰ ਕਿਸੇ ਪੂਰੇ ਦੀ ਸੰਗਤ ਹੋਈ ਹੋਵੇ ਉਹ ਕਿਸੇ ਅਧੂਰੇ ਕੋਲ ਕਿਉਂ ਜਾਏਗਾ? ਮੈਂ ਕਿਹਾ ਅੱਛਾ ਤੁਸੀਂ ਸੰਗਤ ਕੀਤੀ ਆ ਉਹਨਾਂ ਦੀ? ਕਹਿੰਦੇ ਕੀ। ਮੈਂ ਦੱਸੋ ਭਲਾ ਕਿਵੇਂ ਮਿਲੇ ਸੀ? ਹੁਣ ਜੇ ਕੋਈ ਏਦਾਂ ਦਾ ਮਿਲੇ ਤੇ ਦਿਲ ਕਰਦਾ ਨਾ ਵੀ ਉਹਨੂੰ ਉਹਦੀ ਗੱਲ ਸੁਣੀਏ। ਫੇਸ ਪੜੋ, ਪਿਆਰ ਵਾਲਾ ਜਿਹੜਾ ਜਦੋਂ ਗੱਲ ਸੁਣਾਏਗਾ ਨਾ ਉਹਦਾ ਫੇਸ ਖਿੜ ਜਾਏਗਾ ਚਿਹਰਾ। ਕਈ ਲੋਕ ਪੁੱਛਦੇ ਨੇ ਤੁਸੀਂ ਬੜੀਆਂ ਕਿਤਾਬਾਂ ਪੜ੍ਹੀਆਂ ਨੇ, ਆਮ ਇਹ ਗੱਲ ਕਹੀਦੀ ਅਸੀਂ ਫੇਸ ਨਹੀਂ ਪੜ੍ਹੇ, ਅਸੀਂ ਪੇਜ ਨਹੀਂ ਪੜ੍ਹੇ ਫੇਸ ਪੜ੍ਹੇ ਨੇ। ਇੰਨੇ ਕੁ ਸਮੇਂ ਚ ਇੰਨੇ ਲੋਕ ਮਿਲਦੇ ਨੇ, ਜੇ ਕੋਈ ਚੰਗਾ ਮਿਲ ਪਏ ਨਾ ਉਹਨੂੰ ਕਹਿੰਦਾ ਸੁਣਾ ਗੱਲ ਜਿਹੜੀ ਤੁਸੀਂ ਕਿਸੇ ਦੇ ਫੇਸ ਤੋਂ ਸੁਣ ਲੈਣੀ ਜਵਾਨੀ, ਉਹ ਕਿਤਾਬਾਂ ਚੋਂ ਨਹੀਂ ਮਿਲਦੀ, ਉਹ ਗੱਲ ਕਿਤਾਬਾਂ ਚੋਂ ਨਹੀਂ ਮਿਲਦੀ। ਜ਼ਿੰਦਗੀ ਚ ਵੱਧ ਤੋਂ ਵੱਧ ਫੇਸ ਪੜ੍ਹੋ, ਲੱਖ ਲਾਂਤ ਤੇਰੇ ਪੇਜ ਪੜਿਆ ਨੂੰ ਤੂੰ ਆਪਣੀ ਮਾਂ ਦਾ ਫੇਸ ਹੀ ਨਹੀਂ ਪੜ੍ਹ ਸਕਿਆ, ਤੂੰ ਮਾਂ ਦੇ ਦੁੱਖ ਨੂੰ ਸਮਝ ਨਹੀਂ ਸਕੇ। ਲੱਖ ਲਾਂਤ ਤੇਰੇ ਪੇਜ ਪੜ੍ਹੇ ਕੀ ਕਰਨਗੇ, ਕਿਤਾਬਾਂ ਪੜ੍ਹੀਆਂ, ਤੂੰ ਪਿਓ ਦਾ ਚਿਹਰਾ ਨਹੀਂ ਪੜ੍ਹ ਸਕਦਾ, ਤੈਨੂੰ ਸਮਝ ਨਹੀਂ ਪੈਂਦੀ ਪਿਓ ਕੀ ਚਾਹੁੰਦਾ, ਮਾਂ ਕੀ ਚਾਹੁੰਦੀ, ਉਹ ਸਮਝ ਨਹੀਂ, ਫਿਰ ਕੀ ਫਾਇਦਾ? ਤੁਸੀਂ ਲੱਖ ਪੜ੍ਹਦੇ ਰਹੋ ਕਿਤਾਬਾਂ, ਜਿੰਨਾ ਮਰਜ਼ੀ ਪੜ੍ਹ। ਸੁਣੋ, ਕੋਈ ਵੇਲੇ ਕਿਸੇ ਵੀ ਮਹਾਂਪੁਰਖ ਦੀ ਸੰਗਤ ਕੀਤੀ ਹੋਵੇ ਤੇ ਕਈ ਵਾਰੀ ਟਾਈਮ ਹੋਣਾ ਚਾਹੀਦਾ, ਦਿਲ ਕਰਦਾ ਵੀ ਇਹ ਸੁਣਾਏ ਗੱਲ ਉਹਨਾਂ ਦੀ। ਚਾਹੇ ਕੋਈ ਉਹ ਨਾਨਕਸਰ ਸੰਪਰਦਾ ਚ ਜਾਂਦਾ ਹੈ, ਚਾਹੇ ਕੋਈ ਟਕਸਾਲ ਚ ਜਾਂਦਾ ਹੈ, ਕੋਈ ਰਾੜੇ ਵਾਲੇ ਮਹਾਂਪੁਰਖਾਂ ਦਾ ਸੰਗੀ, ਕੋਈ ਹੰਸਾਲੀ ਵਾਲਿਆਂ ਦਾ ਹੀ ਮਿਲ ਪੈਂਦਾ, ਇਸ ਤੇ ਕਹਿੰਦੇ ਸੁਣਾ ਕੋਈ ਗੱਲ, ਕੋਈ ਉਹਨਾਂ ਦੀ ਗੱਲ ਸੁਣਾ, ਫਿਰ ਉਹਦਾ ਫੇਸ ਵੇਖਣ ਵਾਲਾ ਹੁੰਦਾ ਹੈ ਪਿਆਰ ਵਾਲੇ ਦਾ, ਐ ਵਜਦ ਵਿੱਚ ਆ ਕੇ ਸੁਣਾਉਂਦਾ, ਰੰਗ ਚ ਆ ਕੇ ਸੁਣਾਉਂਦਾ, ਮਸਤ ਹੋ ਕੇ ਸੁਣਾਉਂਦਾ, ਔਰ ਉਹ ਮਸਤੀ ਪਿਆਰ ਦੀ ਮਸਤੀ।
ਉਹ ਖੇੜਾ ਪ੍ਰੇਮ ਦਾ ਤੇ ਉਹ ਕਿਤਾਬ ਥੋੜਾ ਦੱਸੇਗੀ ਉਹ ਚਿਹਰਾ ਸਾਹਮਣੇ ਕਿਤਾਬ ਨੇ ਤੇ ਉਹ ਤੇ ਲਿਖਿਆ ਬਸ ਉਹ ਗੱਲ ਨਹੀਂ ਸੁਣੋ ਜਰਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੈਨੂੰ ਦੱਸ ਤੂੰ ਬਾਬਾ ਜਰਨੈਲ ਸਿੰਘ ਦੀ ਸੰਗਤ ਕੀਤੀ ਕਿੱਦਾਂ ਮਿਲੇ ਕਿਵੇਂ ਮਿਲੇ ਕਿਵੇਂ ਮਿਲਾਪ ਹੋਇਆ ਕਹਿੰਦਾ ਮੈਂ ਨਹੀਂ ਗਿਆ ਪਿਆਸਾ ਖੂਹ ਕੋਲ ਜਾਂਦਾ ਪਰ ਖੂਹ ਪਿਆਸੇ ਕੋਲ ਆਇਆ ਸੀ ਕਹਿੰਦਾ ਮੇਰੇ ਬੱਚੇ ਮੇਰੀਆਂ ਨੂੰਹਾਂ ਮੇਰੇ ਪੁੱਤਰ ਸਭ ਪੀਜੀਆਈ ਡਾਕਟਰ ਨੇ ਸਾਰੇ ਕਿਸੇ ਸਮੇਂ ਮੈਂ ਡਾਕਟਰ ਸੀ ਕਹਿੰਦਾ ਮਹਾਂਪੁਰਖ ਇੱਕ ਵਾਰੀ ਹਸਪੀਟਲ ਵਿੱਚ ਐਡਮਿਟ ਹੋਏ ਸੇਵਾਦਾਰ ਉਹਨਾਂ ਦੇ ਮੇਦੇ ਚ ਗਰਮੈਸ਼ ਰਹਿਣ ਕਰਕੇ ਨਾ ਮੂੰਹ ਵਿੱਚ ਛਾਲੇ ਰਹਿੰਦੇ ਸੀ ਮੂੰਹ ਪੱਕਦਾ ਹੈ ਨਾ ਕਈਆਂ ਦਾ ਗਰਮੈਸ਼ ਕਰ ਬੈਠਕ ਵਾਲਿਆਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਜਿਹੜੇ ਜ਼ਿਆਦਾ ਬੈਠਦੇ ਬੈਠਕ ਕਰਦੇ ਉਹ ਕਹਿੰਦੇ ਬਾਬਾ ਜੀ ਦਵਾਈ ਦੀ ਬੜੀ ਘੋਲ ਕਰਦੇ ਸੀ ਸੇਵਾਦਾਰ ਖਹਿੜੇ ਹੀ ਪੈ ਗਏ ਕਹਿੰਦੇ ਜੀ ਤੁਸੀਂ ਦਵਾਈ ਲਓ ਇੱਥੇ ਹੀ ਰਹੋ ਪੀਜੀਆਈ ਦੋ ਦਿਨ ਕਹਿੰਦਾ ਮੈਂ ਉਹ ਬੰਦਾ ਜਿਹੜਾ ਰੋਜ਼ ਪੈਗ ਪੀਤੇ ਬਿਨਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ ਮੈਂ ਤੇ ਰੋਜ਼ ਪੀਂਦਾ ਸੀ ਸਾਰਾ ਦਿਨ ਮਰੀਜ਼ਾਂ 'ਚ ਰਾਤ ਨੂੰ ਜਾਣਾ ਪੈਗ ਲਾ ਕੇ ਫਿਰ ਸੌਣਾ ਏਦਾਂ ਦਾ ਸੁਭਾਅ ਕਹਿੰਦਾ ਮੈਂ ਇੱਕ ਦਿਨ ਨਹੀਂ ਨਾਗਾ ਪਾਇਆ ਜਦੋਂ ਕਹਿੰਦੇ ਬਾਬਾ ਜੀ ਆਏ ਡਾਕਟਰ ਉਹਨਾਂ ਤੋਂ ਸਾਰੇ ਡਰਨ ਨੇੜੇ ਨਾ ਜਾਏ ਕੋਈ ਕਹਿੰਦੇ ਵੱਡਿਆਂ ਨੇ ਮੇਰੀ ਡਿਊਟੀ ਲਾ ਦਿੱਤੀ ਕਹਿੰਦੇ ਗੱਲ ਸੁਣ ਲੈ ਮਹਾਂਪੁਰਖ ਨੇ ਚੰਗੇ ਨਾਮ ਰਸੀਏ ਤੇ ਦੁਨੀਆਂ 'ਚ ਨਾਮ ਹੈ ਤੂੰ ਰਹਿਣਾ ਇੱਥੇ ਧਿਆਨ ਰੱਖਣਾ ਇਹਨਾਂ ਦਾ ਕੋਲ ਰਹਿ ਕਹਿੰਦਾ ਮੈਂ ਆਖਾਂ ਵੀ ਤੂੰ ਮੇਰਾ ਖਹਿੜਾ ਛਡਾਓ ਇੱਥੇ ਮੈਂ ਕਿੱਦਾਂ ਉਹ ਕਹਿੰਦੇ ਨਹੀਂ ਤੂੰ ਧਿਆਨ ਰੱਖਣਾ ਕਹਿੰਦਾ ਉਡਰ ਹੋ ਗਿਆ ਮੰਨਣਾ ਪੈ ਗਿਆ ਕਹਿੰਦਾ ਮੈਂ ਡਰਦਾ ਡਰਦਾ ਰਿਹਾ ਦੋ ਦਿਨ ਤੇ ਉਹ ਦੋ ਦਿਨ ਸਨ ਜਦੋਂ ਮੈਂ ਪੀਤੀ ਨਹੀਂ ਸੀ ਦੋ ਦਿਨ ਮੈਂ ਵੇਖਿਆ ਮੈਨੂੰ ਉਹਨੇ ਡਾਕਟਰ ਨੇ ਖੁਦ ਦੱਸਿਆ ਨਾਲੇ ਅੱਖਾਂ ਭਰ ਆਈਆਂ ਕਹਿੰਦਾ ਬਾਬਾ ਜੀ ਦੋ ਦਿਨ ਮਹਾਂਪੁਰਖ ਹਸਪੀਟਲ 'ਚ ਐਡਮਿਟ ਰਹੇ ਮੈਂ ਦੋ ਦਿਨ ਉਹਨਾਂ ਨੂੰ ਸੁੱਤਿਆਂ ਪਿਆ ਨਹੀਂ ਵੇਖਿਆ ਵੀ ਲੰਮੇ ਪੈ ਗਏ ਹੋਣ ਕਹਿੰਦੇ ਢਾਸਣਾ ਜਿਹਾ ਲਾ ਕੇ ਅੱਖਾਂ ਬੰਦ ਕਰ ਲੈਂਦੇ ਸੀ ਪਤਾ ਨਹੀਂ ਸਿਮਰਨ ਕਰਦੇ ਸੀ ਕਿ ਸੌਂ ਗਏ ਏਦਾਂ ਹੀ ਢਾਸਣਾ ਲਾ ਲੈਂਦੇ ਸੀ ਸਰਾਣਾ ਲਾ ਕੇ ਪਿੱਛੇ ਕਿਸੇ ਸੇਵਾਦਾਰ ਨੂੰ ਨਹੀਂ ਉਠਾਉਂਦੇ ਸੀ ਆਪੇ ਬਾਲਟੀ ਚੁੱਕਣੀ ਕਸ਼ਹਿਰਾ ਤੌਲੀਆ ਚੁੱਕਣਾ ਤੇ ਇਸ਼ਨਾਨ ਕਰਨ ਚਲੇ ਜਾਣਾ ਇਸ਼ਨਾਨ ਕਰਕੇ ਆ ਕੇ ਫਿਰ ਬਹਿ ਜਾਣਾ ਕਹਿੰਦਾ ਦੋ ਦਿਨ ਮੈਂ ਨਿਗਾਹ ਰੱਖੀ ਪੂਰੀ ਰਾਹ ਪਏ ਤੇ ਜਾਣੀਏ ਜਾਂ ਵਾਹ ਪਏ ਤੇ ਜਾਣੀਏ ਸਿਆਣੇ ਕਹਿੰਦੇ ਆ ਪਤਾ ਹੀ ਫੇਰ ਲੱਗਦਾ ਪ੍ਰੈਕਟੀਕਲੀ ਵੇਖੀਏ ਨਾ ਫਿਰ ਗੱਲ ਬਣਦੀ ਸੁਣਨ ਨਾਲੋਂ ਕਈ ਗੁਣਾ ਜ਼ਿਆਦਾ ਅਸਰ ਹੈ ਵੇਖਣ ਦਾ ਪ੍ਰਤੱਖ ਏਦਾਂ ਸੁਣਿਓ ਜਿਹੜਾ ਸੁਣ ਕੇ ਜੁੜੇਗਾ ਉਹਦੇ ਟੁੱਟਣ ਦੇ ਚਾਂਸ ਜ਼ਿਆਦਾ ਨੇ ਜਿਹੜਾ ਵੇਖ ਕੇ ਜੁੜੇਗਾ ਦੁਨੀਆ 'ਚ ਉਹਨੂੰ ਕੋਈ ਤੋੜ ਨਹੀਂ ਸਕਦਾ ਵੇਖ ਕੇ ਜੁੜੋ ਇਸੇ ਕਰਕੇ ਮੈਂ ਅਰਜ ਕਰਨਾ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਨੀ ਹੈ ਪਰ ਇੱਕ ਸ਼ਖਸੀਅਤ ਐਸੀ ਚਾਹੀਦੀ ਹੈ ਜ਼ਿੰਦਗੀ 'ਚ ਜਿਹਨੂੰ ਵੇਖ ਕੇ ਜੁੜੀ ਮਹਾਂਪੁਰਖ ਕਿਸੇ ਨਾ ਕਿਸੇ ਦੀ ਸੰਗਤ ਮੈਂ ਇੱਕ ਅਰਜ ਹੋਰ ਕਰਦਿਆਂ ਉਹ ਪੈਂਟ ਸ਼ਰਟ ਵੀ ਪਾਉਂਦਾ ਹੋ ਸਕਦਾ ਜ਼ਰੂਰੀ ਨਹੀਂ ਉਹਨੇ ਦਮਾਲਾ ਬੰਨਿਆ ਉਹ ਗੋਲ ਪੱਗ ਵਾਲਾ ਵੀ ਹੋਵੇ ਤਿੱਖੀ ਪੱਗ ਵਾਲਾ ਵੀ ਹੋਵੇ ਉਹ ਭਾਵੇਂ ਪੈਂਟ ਪਾਏ ਭਾਵੇਂ ਪਜਾਮਾ ਪਾਏ ਭਾਵੇਂ ਚੋਲਾ ਪਾਏ ਇਹ ਤੇ ਬਾਹਰੀ ਹੈ ਜ਼ਿੰਦਗੀ 'ਚ ਇੱਕ ਐਸਾ ਜ਼ਰੂਰ ਹੋਣਾ ਚਾਹੀਦਾ ਹੈ ਜਿਹਨੂੰ ਅਸੀਂ ਵੇਖ ਕੇ ਜੁੜੀਏ ਜਿਹੜੇ ਜਿਹਨੇ ਗੁਰਬਾਣੀ ਨੂੰ ਕਮਾਇਆ ਹੋਵੇ ਬਾਣੀ ਜਿਹਦੇ ਰਗ ਰਗ ਵਿੱਚ ਵਸੀ ਹੋਵੇ ਐਸੇ ਜੀਵਨ ਵਾਲਾ ਵੀ ਇੱਕ ਜ਼ਿੰਦਗੀ 'ਚ ਹੋਵੇ ਨਾ ਫਿਰ ਨਹੀਂ ਤੋੜ ਸਕਦਾ ਕੋਈ ਵੇਖ ਉਹਦਾ ਅਸਰ ਬੜਾ ਹੁੰਦਾ ਜਿਹੜਾ ਵੇਖ ਕੇ ਕਿਸੇ ਨੂੰ ਜੁੜਦਾ ਹੁੰਦਾ ਕੋਈ ਨਹੀਂ ਤੋੜ ਸਕਦਾ ਤੇ ਮੈਂ ਇਸੇ ਕਰਕੇ ਤੁਹਾਨੂੰ ਕਹਿੰਦਾ ਹੁੰਦਾ ਖਾਲਸੇ ਬਾਰੇ ਬੱਚਿਆਂ ਨੂੰ ਸੁਣਾਓ ਨਾ ਖਾਲਸਾ ਵਿਖਾਓ ਘਰ 'ਚ ਪਿਓ ਜਿਉਂ ਕੇ ਵਿਖਾਏ ਵੀ ਇੱਦਾਂ ਦਾ ਹੁੰਦਾ ਸਿੰਘ ਸਵੇਰੇ ਇੱਦਾਂ ਉੱਠਦਾ ਇੱਦਾਂ ਨਿਤਨੇਮ ਕਰਦਾ ਇੱਦਾਂ ਗੁਰਦੁਆਰੇ ਜਾਂਦਾ ਤੁਹਾਡਾ ਬੱਚਾ ਟੁੱਟੇਗਾ ਨਹੀਂ ਜੁੜੇਗਾ ਜੇ ਮਾਂ ਵਿਖਾਏਗੀ ਇੱਦਾਂ ਬੇਟਾ ਉੱਠੀਦਾ ਇਸ਼ਨਾਨ ਕਰੀਦਾ ਇੱਦਾਂ ਗੁਰਦੁਆਰੇ ਜਾਈਦਾ
ਤੇ ਜੇ ਪਿਓ ਸੂਝ ਚੜੇ ਤੇ ਉੱਠਦਾ ਹੈ ਬਿਨਾ ਮੂੰਹ ਧੋਤਿਆਂ ਚਾਹ ਪੀ ਲੈਂਦਾ ਫਿਰ ਬੱਚੇ ਤੇ ਕੀ ਅਸਰ ਹੋਏਗਾ ਗਲਤ ਅਸਰ ਹੋਏਗਾ ਬੱਚੇ ਟੁੱਟ ਜਾਣਗੇ ਰੰਗਿਆ ਹੋਇਆ ਗੁਰਸਿੱਖ ਹੈ ਜਿਹੜਾ ਉਹਦਾ ਬੱਚਾ ਟੁੱਟਦਾ ਨਹੀਂ ਤੇ ਜੇ ਟੁੱਟੇਗਾ ਉਹ ਵਾਪਸ ਘਰ ਵਿੱਚ ਜ਼ਰੂਰ ਮੁੜ ਆਏਗਾ ਜਿਹੜੇ ਘਰ ਵਿੱਚ ਪੂਰਨ ਗੁਰਸਿੱਖ ਰਹਿੰਦਾ ਹੈ ਉਹ ਘਰ ਵਿੱਚ ਸਿੱਖੀ ਦੀ ਵੇਲ ਜ਼ਰੂਰ ਹਰੀ ਹੋਏਗੀ ਹੋਏਗੀ ਫਿਰ ਸਿੱਖੀ ਮੁੜ ਆਏਗੀ ਟੁੱਟਿਆ ਬੱਚਾ ਫਿਰ ਵਾਪਸ ਆਏਗਾ ਜੁੜੇਗਾ ਦੁਬਾਰਾ ਜਿਹਨੇ ਆਪਣੇ ਪਿਓ ਨੂੰ ਗੁਰਸਿੱਖੀ ਜਿਉਂਦਿਆਂ ਵੇਖਿਆ ਪੈਦਾ ਹੁੰਦਾ ਗੁਰਸਿੱਖ ਮੈਨੂੰ ਡਾਕਟਰ ਨੇ ਆਖਿਆ ਕਹਿੰਦੇ ਬਾਬਾ ਜੀ ਦੋ ਦਿਨ ਮਹਾਂਪੁਰਖ ਰਹੇ ਮੈਂ ਸੁੱਤਿਆਂ ਨਹੀਂ ਵੇਖਿਆ ਦੋ ਦਿਨਾਂ ਬਾਅਦ ਜਦੋਂ ਲੱਗੇ ਨਾ ਜਾਣ ਮੈਂ ਨੇੜੇ ਗਿਆ ਮੈਂ ਆਖਿਆ ਮਹਾਂਪੁਰਸ਼ੋ ਮੈਨੂੰ ਨਾਲ ਹੀ ਲੈ ਜਾਓ ਆਖੋ ਸਤਨਾਮ ਕਹਿੰਦਾ ਨਾਲ ਹੀ ਲੈ ਜਾਓ ਕਹਿੰਦੇ ਮੈਨੂੰ ਕਹਿੰਦੇ ਓਏ ਮੇਰੇ ਨਾਲ ਜਾ ਕੇ ਕੀ ਕਰੇਗਾ ਤੂੰ ਤੇਰੇ ਬੱਚੇ ਨੇ ਬੱਚੇ ਪਾਲ ਨਾ ਬਾਬਾ ਜੀ ਮੇਰਾ ਹੁਣ ਜੀ ਨਹੀਂ ਲੱਗਣਾ ਨਾਲ ਹੀ ਲੈ ਜਾਓ ਇੰਨਾ ਅਸਰ ਮੈਨੂੰ ਕਹਿੰਦੇ ਉੱਥੇ ਆ ਜਾਈ ਮੈਂ ਸਾਰਾ ਟੱਬਰ ਲੈ ਕੇ ਗਿਆ ਫਿਰ ਮਹਿਤਾ ਚੌਂਕ ਕਹਿੰਦੇ ਬਾਬਾ ਜੀ ਨਿੱਕੇ ਨਿੱਕੇ ਬੱਚੇ ਪੜ੍ਹਦੇ ਸੀ ਨਾਲੇ ਆਪ ਅੰਮ੍ਰਿਤ ਛਕਿਆ ਨਾਲੇ ਬੱਚਿਆਂ ਨੂੰ ਛਕਾਇਆ ਉਦੋਂ ਦੇ ਜੁੜੇ ਆ ਅੱਜ ਤੱਕ ਜੁੜੇ ਹੋਏ ਆ ਸਾਡੇ ਘਰ ਚ ਅੱਜ ਤੱਕ ਸਿੱਖੀ ਹੈ ਬੱਚਾ ਬੱਚਾ ਸਾਡੇ ਘਰ ਦਾ ਅੰਮ੍ਰਿਤਧਾਰੀ ਹੈ ਤੇ ਮੈਂ ਕਹਿੰਦਾ ਉਦੋਂ ਤੋਂ ਹੀ ਕਹਿੰਦਾ ਬਾਬਾ ਜੀ ਇਲਾਜ ਕਰਾਉਣ ਨਹੀਂ ਸੀ ਆਏ ਉਹ ਮੇਰਾ ਇਲਾਜ ਕਰਨ ਆਏ ਸੀ ਉਹ ਮੈਨੂੰ ਠੀਕ ਕਰਨ ਆਏ ਸੀ ਮੇਰਾ ਭਲਾ ਹੋਣਾ ਸੀ ਗੁਰਮੁਖ ਤੇ ਜਿੱਥੇ ਜਾਏਗਾ ਉਹਨੇ ਰੰਗ ਚੜਾਉਣਾ ਹੀ ਚੜਾਉਣਾ ਹੈ ਸ਼ਰਾਬੀ ਜਿੱਥੋਂ ਲੰਘਦਾ ਹੈ ਸ਼ਰਾਬ ਦੀ ਬਦਬੂ ਖਲਾਰ ਜਾਂਦਾ ਹੈ ਸਿਗਰਟ ਪੀਣ ਵਾਲਾ ਜਿੱਥੋਂ ਲੰਘਦਾ ਹੈ ਕਿੰਨੀ ਦੂਰ ਤੱਕ ਬਦਬੂ ਆਉਂਦੀ ਹੈ ਹੋਵੇ ਮਹਾਂਪੁਰਖ ਲੰਘੇ ਤੇ ਉਹਦਾ ਪਤਾ ਹੀ ਨਾ ਲੱਗੇ ਜਿਹੜੇ ਇਲਾਕੇ ਚ ਹੋਵੇ ਜਿੱਥੇ ਲੰਘ ਜਾਣ ਉਹਨਾਂ ਦਾ ਪਤਾ ਲੱਗਦਾ ਹੈ ਪ੍ਰਭਾਵ ਹੁੰਦਾ ਹੈ ਅਸਰ ਹੁੰਦਾ ਹੈ ਨਾਮ ਦੀ ਮਹਿਕ ਆਉਂਦੀ ਹੈ ਉਹ ਇਦਾਂ ਦੇ ਸੰਤ ਅਸੀਂ ਅੱਜ ਉਹਨਾਂ ਦੀਆਂ ਯਾਦਾਂ ਮਨਾਉਂਦੇ ਆ ਉਹਨਾਂ ਦੀਆਂ ਤਸਵੀਰਾਂ ਛਾਤੀਆਂ ਤੇ ਲਾਉਂਦੇ ਆ ਘਰਾਂ ਵਿੱਚ ਫੋਟੋਆਂ ਲਾਈਆਂ ਨੇ ਪਰ ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਜੀ ਦਾ ਜੀਵਨ ਜ਼ਰੂਰ ਵੇਖੋ ਉਹਨਾਂ ਵਰਗੀ ਪੱਗ ਬੰਨ ਕੇ ਨਹੀਂ ਅਸੀਂ ਉਹਨਾਂ ਵਰਗੇ ਬਣ ਸਕਦੇ ਉਹ ਦ੍ਰਿੜਤਾ ਜੇ ਚਾਹੀਦੀ ਹੈ ਤੇ ਨਿਤਨੇਮ ਵੀ ਓਨਾ ਹੀ ਚਾਹੀਦਾ ਮਹਾਂਪੁਰਖਾਂ ਦਾ ਨਿਤਨੇਮ ਵੇਖੋ ਕਿੰਨਾ ਕਿੰਨਾ ਉਹ ਪਾਠ ਕਰਦੇ ਸੀ ਕਿੰਨਾ ਭਜਨ ਕਰਦੇ ਸੀ ਕਿੰਨਾ ਸਮਾਂ ਅਭਿਆਸ ਕਰਦੇ ਸੀ ਉਹਨਾਂ ਦਾ ਨਿਤਨੇਮ ਤਾਂ ਐਡੀ ਦ੍ਰਿੜਤਾ ਸੀ ਕੌਮ ਦੀ ਅਗਵਾਈ ਕੀਤੀ ਜਿਹਨੂੰ ਇੱਕ ਵਾਰੀ ਕਹਿੰਦੇ ਸੀ ਉੱਧਰ ਹੀ ਤੁਰ ਪੈਂਦੇ ਸੀ ਸਿੰਘ ਰਾੜਾ ਸਾਹਿਬ ਦੇ ਸਿੰਘ ਚਲੇ ਗਏ ਰਾੜਾ ਸਾਹਿਬ ਦੇ ਹੁਣ ਤੇ ਬਜ਼ੁਰਗ ਹੋ ਗਏ ਨੇ ਸਿੰਘ ਉਦੋਂ ਨੌਜਵਾਨ ਸਨ ਹੁਣ ਤੇ ਉਹ 60-60 ਸਾਲਾਂ ਦੇ ਨੇ ਮੈਨੂੰ ਮਿਲੇ ਕਹਿੰਦੇ ਅਸੀਂ ਗਏ ਅਸੀਂ ਆਖਿਆ ਬਾਬਾ ਜੀ ਸਾਨੂੰ ਭਰਤੀ ਕਰ ਲਓ ਕਹਿੰਦੇ ਕਿੱਥੋਂ ਆਏ ਹੋ ਕਹਿੰਦੇ ਰਾੜਾ ਸਾਹਿਬ ਤੋਂ ਰਹਿੰਦੇ ਆ ਉੱਥੇ ਜਥੇ ਚ ਕਹਿੰਦੇ ਇੱਦਾਂ ਕਰੋ ਸਿੰਘੋ ਅੰਮ੍ਰਿਤ ਛਕਾਈ ਚੱਲੋ ਤੁਹਾਡੀ ਡਿਊਟੀ ਲਾਈ ਹੈ ਰੱਬ ਨੇ ਤੁਸੀਂ ਜੋੜੋ ਤਿਆਰ ਤੁਸੀਂ ਕਰਕੇ ਫਿਰ ਇੱਧਰ ਭੇਜੀ ਚੱਲਿਆ ਕਰੋ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰੋ ਤੁਹਾਡੀ ਡਿਊਟੀ ਹੈ ਤੁਸੀਂ ਆਪਣਾ ਪ੍ਰਚਾਰ ਕਰੋ ਸਾਡੀ ਡਿਊਟੀ ਇੱਧਰ ਨੂੰ ਲਾਤੀ ਮਾਲਕ ਨੇ ਡਿਊਟੀ ਸਾਡੀ ਵੀ ਪ੍ਰਚਾਰ ਦੀ ਸੀ ਬਾਬਾ ਜੀ ਕਹਿੰਦੇ ਡਿਊਟੀ ਸਾਡੀ ਵੀ ਪ੍ਰਚਾਰ ਦੀ ਸੀ ਪਰ ਸਾਨੂੰ ਹੁਣ ਇੱਧਰ ਨੂੰ ਤੋਰ ਦਿੱਤਾ ਮਾਲਕ ਨੇ ਤੇ ਤੁਸੀਂ ਆਪਣਾ ਕੰਮ ਕਰੋ ਕਥਾ ਕੀਰਤਨ ਕਰਕੇ ਅੰਮ੍ਰਿਤਧਾਰੀ ਬਣਾਓ ਕੌਮ ਅੰਮ੍ਰਿਤਧਾਰੀ ਹੋਏਗੀ ਸਾਰੀਆਂ ਲੜਾਈਆਂ ਆਪੇ ਲੜ ਲੈਗੀ ਆਖੋ ਸਤਨਾਮ ਅੱਜ ਕੱਲ੍ਹ ਕਈ ਸਵਾਲ ਕਰਦੇ ਨੇ ਕਈ ਸਵਾਲ ਮੈਨੂੰ ਵੀ ਕਈ ਪੁੱਛਣਗੇ ਬਾਹਰ ਅੰਦਰ ਵੀ ਜਾਂਦੇ ਆ ਇੱਥੇ ਵੀ ਕਹਿਣਗੇ ਬਾਬਾ ਜੀ ਏਦਾਂ ਹੋਣਾ ਚਾਹੀਦਾ ਹੋਣਾ ਚਾਹੀਦਾ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਕੌਮ ਅੰਮ੍ਰਿਤਧਾਰੀ ਹੋਏਗੀ ਤੇ ਆਪੇ ਸਭ ਕੁਝ ਹੋ ਜਾਏਗਾ ਅੱਜ ਸਭ ਨਾਲੋਂ ਵੱਡੀ ਜਿਹੜੀ ਲੋੜ ਹੈ ਉਹ ਹੈ ਕਿ ਸਾਡੇ ਬੱਚੇ ਟੁੱਟ ਰਹੇ ਨੇ ਪਹਿਲਾਂ ਉਹਨਾਂ ਨੂੰ ਜੋੜੀਏ ਤੇ ਸਹੀ ਅੰਮ੍ਰਿਤਧਾਰੀ ਹੋਣ ਜਿਹੜਾ ਬੱਚਾ ਹੁਣ ਤੁਹਾਡੇ ਚ ਇੱਥੇ ਅੰਮ੍ਰਿਤ ਛਕ ਲੈਂਦੇ ਨੇ ਹੌਲੀ ਹੌਲੀ ਸਿੱਖੀ ਬਾਰੇ ਪੜ੍ਹਨਾ ਸ਼ੁਰੂ ਕਰ ਦਿੰਦੇ ਹੌਲੀ ਹੌਲੀ ਹੋਰ ਵੀ ਧਿਆਨ ਦਿੰਦੇ
आपे पौड़ी समा आएगा आपे कैम हो जाएंगे जिवें सतगुर ने इन्हां नूं तोरना पर सब नालों वड्डी लोड़ है अज पंजाब दी धरती ते नशियां दा दरिया किन्ने पंज दरियावां दी धरती सी पंजाब हुण वेखो किन्ने नशे साडे च आ गए छेवां दरिया नशियां दा वग रहे इस करके अज बड़ी लोड़ है कि महापुरखां दीआं जादां ते आपां मनाने उन्हां दे पाए हुए पूरनियां ते वी चलीए वो कहिंदे हुंदे सी अमृतधारी होवो एक पिंड च जाणा पिछे पंज प्यारे नाल नाल इत्थे अमृत संचार फिर अगले पिंड च कथा ਇਹ ਟਕਸਾਲ ਦਾ ਬੜਾ ਵੱਡਾ ਨਿਯਮ ਸੀ ਹੁਣ ਤੇ ਰਹਿ ਨਹੀਂ ਗਿਆ ਹੁਣ ਤੇ ਮਾਫ ਕਰਿਓ ਹੁਣ ਤੇ ਬਹੁਤ ਘਾਟਾਂ ਆ ਗਈਆਂ ਅੱਗੇ ਆ ਕੇ ਪਰ ਬਾਬਾ ਜੀ ਦੇ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਵੀ ਵੇਖੋ ਕਿੰਨੀ ਸੰਗਤ ਨੂੰ ਕਥਾ ਕਰ ਕਰਕੇ ਥਾਂ ਥਾਂ ਤੇ ਜਾ ਕੇ ਜੋੜੇ ਤੇ ਮਹਾਂਪੁਰਖਾਂ ਦਾ ਜਿਹੜਾ ਇੱਕ ਗੱਲ ਬਹੁਤ ਥਾਂ ਥਾਂ ਉੱਤੇ ਕਹਿੰਦੇ ਸੀ ਉਹਨਾਂ ਦੀਆਂ ਟੇਪਾਂ ਵਿੱਚ ਵੀ ਰਿਕਾਰਡ ਹੈ ਹੁਣ ਵੀ ਆ ਧਾਰਨਾ ਬਾਬਾ ਜੀ ਬਹੁਤ ਪੜ੍ਹਦੇ ਹੁੰਦੇ ਸੀ ਇਹ ਗੱਲ ਹਮੇਸ਼ਾ ਹਿਰਦੇ ਚ ਵਸਾ ਕੇ ਰੱਖੋ ਬੜੇ ਲੋਕ ਮੈਨੂੰ ਕਹਿਣਗੇ ਜੀ ਇਹ ਕੱਚੀ ਬਾਣੀ ਪੜ੍ਹਦੇ ਬਾਬਾ ਜਰਨੈਲ ਸਿੰਘ ਜੀ ਵੀ ਪੜ੍ਹਦੇ ਹੁੰਦੇ ਸੀ ਕੱਚੀ ਬਾਣੀ ਨਹੀਂ ਇਹ ਬਾਣੀ ਦੇ ਅਰਥ ਨੇ ਧਾਰਨਾ ਸਮਝਣ ਸਮਝਾਉਣ ਦਾ ਇੱਕ ਤਰੀਕਾ ਹੁੰਦੀ ਹੈ ਅਸੀਂ ਧਾਰਨਾ ਨਾਲ ਨਹੀਂ ਜੁੜਨਾ ਜੁੜਨਾ ਗੁਰਬਾਣੀ ਕਵਿਤਾ ਕਵੀਸ਼ਰ ਦੀ ਕਵਿਤਾ ਸਿਰਫ ਜੋੜਨ ਦਾ ਤਰੀਕਾ ਹੈ ਜੁੜਨਾ ਗੁਰਬਾਣੀ ਢਾਡੀ ਦੀਆਂ ਵਾਰਾਂ ਜੋੜਨ ਦਾ ਤਰੀਕਾ ਹੈ ਜੁੜਨਾ ਗੁਰਬਾਣੀ ਇਹ ਧਾਰਨਾ ਸਿਰਫ ਇੱਕ ਤਰੀਕਾ ਹੈ ਬਾਬਾ ਜੀ ਪੜ੍ਹਦੇ ਹੁੰਦੇ ਸੀ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿੱਖ ਕਿੰਦਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਖ ਕਿੰਦਾ ਜਾਵੇ ਸਿਰ ਜਾਵੇ ਤਾਂ ਜਾਵੇ ਜੀ ਮੇਰਾ ਸਿੱਖੀ ਸਿੱਖ ਕਿੰਦਾ ਜਾਵੇ ਭਰੋਸਾ ਮਹਾਰਾਜ ਬਖਸ਼ਿਸ਼ ਕਰ ਖਾਲਸਤਾਨ ਦਾ ਸੁਪਨਾ ਲੈਂਦੇ ਸੀ ਲੋਕ ਗੱਲਾਂ ਵੀ ਕਰਦੇ ਨੇ ਪਰ ਡਰੱਗਸਤਾਨ ਬਣਿਆ ਹੋਇਆ ਹੁਣ ਨਸ਼ਾ ਹੀ ਨਸ਼ਾ ਹਰ ਪਾਸੇ ਉਹ ਜਜ਼ਬਾ ਸਿੱਖੀ ਵਾਲਾ ਸਾਡੇ ਚ ਹੋਵੇ ਸਤਿਗੁਰਾਂ ਨੇ ਮੈਂ ਅਰਜ਼ ਕਰਦਾ ਹੁੰਦਾ ਬਹੁਤ ਵਾਰ ਵੇਖੋ ਰੌਲਾ ਪਾਉਣ ਨੂੰ ਜਿੰਨਾ ਮਰਜ਼ੀ ਪਾਈ ਜਾਈਏ ਅੱਜ ਕਲਗੀਧਰ ਸੱਚੇ ਪਾਤਸ਼ਾਹ ਕੇ ਕਹਿਣ ਲਓ ਤੁਹਾਨੂੰ ਤੁਹਾਡਾ ਰਾਜ ਦਿੰਦੇ ਆ ਤੁਹਾਨੂੰ ਤੁਹਾਡਾ ਰਾਜ ਦਿੰਦੇ ਆ ਸਾਨੂੰ ਆ ਕੇ ਕਹਿਣ ਪਰ ਸੰਗਤੇ ਪਵਾਵਾਂਗੇ ਕਿਹਦੀ ਝੋਲੀ ਅੱਗੇ ਕਿਹਨੂੰ ਕਰਾਂਗੇ ਜੇ ਮਹਾਰਾਜ ਨੇ ਆਖਿਆ ਮੈਨੂੰ 20 ਦਿਓ ਤੁਹਾਡੇ ਆਗੂ ਜਿਨ੍ਹਾਂ ਨੂੰ ਮੈਂ ਅੱਗੇ ਲੱਗ ਜਾਣ ਜਿਹੜੇ ਤੁਹਾਡੇ ਸਾਡੇ ਚੋਂ 20 ਨਹੀਂ ਨਿਕਲਣੇ ਅੱਜ ਇਦਾਂ ਦੇ ਲੋਕ ਸਿਰਫ ਗੱਲਾਂ ਉਹ ਕਰਦੇ ਨੇ ਜ਼ਰੂਰ
पर आज वो जज्बा नहीं है जेड़ा उन्ना सिंगा दे वेच सी सांबन वाले नहीं मैं अर्ज करदा उन्ना लायक पुत्र तो बापू कुछ लको के नहीं रखदा बाबा बंदा सिंह बहादुर वेले भी सिखां नूं राज दिता है महाराज रणजीत सिंह वेले भी राज दिता है असी नलायक हाँ असी लायक बन जाइए मर्द साढ़े तो कुछ लको के नहीं रखा असी नलायक बाबा अतर सिंह महापुरख मस्तवाने वाले कीर्तन करते सी लाहौर एक बंदा गया वो जाके कहता की जी तुसी ढोलकियां चिमटे बजाई जांदे हो ਤੁਸੀਂ ਵੇਖੋ ਪੰਥ ਇਦਾਂ ਪੰਥ ਇਦਾਂ ਪੰਥ ਇਦਾਂ ਪੰਥ ਦੀਆਂ ਗੱਲਾਂ ਕਰਦਾ ਹੈ ਕਹਿੰਦਾ ਪੰਥਕ ਸੋਚ ਹੋਣੀ ਚਾਹੀਦੀ ਹੈ ਪੰਥ ਬਾਬਾ ਜੀ ਕਹਿੰਦੇ ਬਹਿ ਜਾ ਕਥਾ ਕੀਰਤਨ ਹੋ ਰਿਹਾ ਵਿੱਚ ਰੰਗ ਚ ਭੰਗ ਨਾ ਪਾ ਕਹਿੰਦਾ ਜੀ ਨਹੀਂ ਪੰਥ ਇਦਾਂ ਵੇਖੋ ਪੰਥ ਦਾ ਹਾਲ ਪੰਥ ਦਾ ਇਦਾਂ ਬਾਬਾ ਜੀ ਕਹਿੰਦੇ ਗੱਲ ਸੁਣ ਮੈਨੂੰ ਇਹ ਦੱਸ ਪੰਜ ਬਾਣੀਆਂ ਪੜ੍ਹੀਆਂ ਸਵੇਰੇ ਸੱਚੀ ਦੱਸੀ ਝੂਠ ਨਾ ਬੋਲੀ ਕਹਿੰਦਾ ਜੀ ਮਹਾਰਾਜ ਦੀ ਹਜ਼ੂਰੀ ਚ ਬੈਠਾ ਝੂਠ ਬਖਲੋਤਾ ਝੂਠ ਨਹੀਂ ਬੋਲਦਾ ਮੈਂ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕੀਤਾ ਸੰਤ ਬਾਬਾ ਆਦਰ ਸਿੰਘ ਜੀ ਕਹਿੰਦੇ ਜਪਜੀ ਸਾਹਿਬ ਪੜ੍ਹਿਆ ਕਹਿੰਦਾ ਜੀ ਮੈਂ ਝੂਠ ਨਹੀਂ ਬੋਲ ਸਕਦਾ ਮੈਂ ਜਪਜੀ ਸਾਹਿਬ ਵੀ ਨਹੀਂ ਪੜ੍ਹਿਆ ਬਾਬਾ ਜੀ ਕਹਿੰਦੇ ਓਏ ਜਪਜੀ ਸਾਹਿਬ ਪੜ੍ਹਿਆ ਨਹੀਂ ਤੇ ਗੱਲਾਂ ਪੰਥ ਦੀਆਂ ਕਰਦਾ ਜਪਜੀ ਸਾਹਿਬ ਦਾ ਨਿਤਨੇਮ ਨਹੀਂ ਤੇ ਗੱਲਾਂ ਕਰਨਾ ਰਾਜ ਦੀਆਂ ਉਦੋਂ ਉਹਨਾਂ ਨੇ ਭਰੀ ਸਭਾ ਵਿੱਚ ਕਿਹਾ ਸੀ ਕਹਿੰਦੇ ਸੰਗਤੇ 2 ਵਜੇ ਉੱਠ ਕੇ ਖੂਹਾਂ ਤੇ ਡੋਲ ਖੜਕਾਉਣੇ ਸ਼ੁਰੂ ਕਰ ਦਿਓ ਤੁਹਾਡਾ ਰਾਜ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਇਹਦਾ ਅਰਥ ਕੀ ਹੈ ਵੀ ਰੋਜ਼ ਨਿਤਨੇਮ ਕਰਿਆ ਕਰੋ ਸਾਰੇ ਤੁਹਾਡਾ ਰਾਜ ਆਪੇ ਮਿਲ ਜਾਏਗਾ ਕਿਉਂਕਿ ਨਿਤਨੇਮ ਵਾਲੇ ਲੜਨਗੇ ਨਹੀਂ ਇੱਕ ਦੂਜੇ ਨਾਲ ਜਿੱਦਣ ਸਾਡੇ 'ਚ ਏਕਾ ਆ ਗਿਆ ਏਕੇ 'ਚ ਹੀ ਬਰਕਤ ਹੈ ਸਾਰੀ ਇੱਕ ਦਾ ਮੂੰਹ ਇੱਧਰ ਹੈ ਇੱਕ ਦਾ ਮੂੰਹ ਇੱਧਰ ਹੈ ਇੱਕ ਦਾ ਮੂੰਹ ਇੱਧਰ ਹੈ ਰਾਜ ਕੌਣ ਕਰੇਗਾ ਏਕੇ ਚ ਬਰਕਤਾਂ ਨੇ ਤੇ ਸਾਨੂੰ ਇੱਕੋ ਲੜੀ ਚ ਪਰੋਣ ਵਾਲਾ ਸਤਿਗੁਰੂ ਦੇ ਸਤਿਗੁਰੂ ਦਾ ਨਾਮ ਹੈ ਨਿਤਨੇਮ ਨੇ ਸਾਰੇ ਨਿਤਨੇਮ ਵੀ ਹੋਣਗੇ ਆਪੇ ਝਗੜੇ ਮੁੱਕ ਜਾਣੇ ਲੜਾਈਆਂ ਮੁੱਕ ਜਾਣ ਜਿੱਦਣ ਅਸੀਂ ਇੱਕ ਹੋ ਜਾਈਏ ਫਿਰ ਵੇਖੋ ਕਿੰਨੇ ਕਿੰਨੇ ਮੋਰਚੇ ਫਤਿਹ ਹੋ ਸਕਦੇ ਏਕਾ ਹੈ ਨੇ ਫੁੱਟ ਪਈ ਹੋਈ ਬਸ ਇਹ ਫੁੱਟ ਦਾ ਰਿਜ਼ਲਟ ਹੈ ਆਪਾਂ ਰੁੜਦੇ ਫਿਰਨੇ ਆ ਇਸ ਕਰਕੇ ਅਰਜੇ ਪੰਥ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਅੱਜ ਵੱਡੇ ਵੱਡੇ ਸਾਨੂੰ ਦਿਸਦੇ ਨੇ ਨਾ ਮੈਨੂੰ ਮਾਫ ਕਰਿਓ ਉਹਨਾਂ ਵਿੱਚੋਂ 5-4% ਹੀ ਨੇ ਜਿਹੜੇ ਪੱਕੇ ਨਿਤਨੇਮੀ ਨੇ ਤੇ ਨਿਤਨੇਮੀ ਨਹੀਂ ਕਰਦੇ ਉਹ ਗੱਲਾਂ ਹੀ ਕਰਦੇ ਸਿਰਫ ਗੱਲਾਂ ਕਰਦੇ ਇਸੇ ਕਰਕੇ ਉਹਨਾਂ ਦਾ ਅਸਰ ਕੋਈ ਨਹੀਂ ਉਹਨਾਂ ਦਾ ਪ੍ਰਭਾਵ ਕੋਈ ਨਹੀਂ ਮੈਨੂੰ ਮਾਫ ਕਰਿਓ ਕਈ ਬੰਦੇ ਤੇ ਇਦਾਂ ਦੇ ਨੇ ਜਿੰਨਾ ਮਗਰ ਬੰਦਾ ਤੇ ਕੀ ਕੁੱਤਾ ਨਹੀਂ ਲੱਗਦਾ ਉਹ ਗੱਲਾਂ ਪੰਥ ਦੀਆਂ ਕਰਦੇ ਸੁਣਦਾ ਹੀ ਨਹੀਂ ਉਹਨਾਂ ਦੀ ਕੋਈ ਨਾ ਸੁਣਨ ਲੋਕ ਆਖਦੇ ਨੇ ਕਹਿਣਗੇ ਲੋਕ ਤੇ ਪਾਗਲ ਨੇ ਜੀ ਇਹ ਤੇ ਮੂਰਖ ਨੇ ਸਮਝਦੇ ਨਹੀਂ ਕਿਉਂ ਨਹੀਂ ਮੈਂ ਤੇ ਕਹਿੰਦਾ ਦੁਨੀਆ ਬੜੀ ਸਿਆਣੀ ਹੈ ਮੈਨੂੰ ਇਹ ਦੱਸੋ ਤੂੰ ਕਹਿੰਦਾ ਮੇਰੀ ਸੁਣਦੇ ਨਹੀਂ ਬਲਵੰਤ ਸਿੰਘ ਰਾਜੋਆਣੇ ਦੀ ਕਿਵੇਂ ਸੁਣ ਲਈ ਸਾਰੀ ਦੁਨੀਆ ਨੇ ਤੂੰ ਕਹਿੰਦਾ ਸੁਣਦੇ ਨਹੀਂ ਉਹ ਅੰਦਰੋਂ ਬੈਠਾ ਚਿੱਠੀ ਲਿਖਦਾ ਹੈ ਸਾਰੀ ਕੌਮ ਨੂੰ ਕਿਹਾ ਕਹਿੰਦੇ ਕੇਸਰੀ ਪੰਗਾ ਬੰਨ ਲਓ ਬੰਨ ਲਈ ਸਭ ਨੇ ਕਿਵੇਂ ਸੁਣ ਲਈ ਉਹਦੀ ਤਾਂ ਸੁਣੀ ਉਹ ਫਾਂਸੀ ਦੇ ਤਖਤੇ ਤੋਂ ਖੜਾ ਬੋਲਦਾ ਹੈ ਇਹਨਾਂ ਦਾ ਸਾਰਿਆਂ ਦਾ ਪਤਾ ਵੀ ਗਦਾਰ ਨੇ ਆਖੋ ਸਤਨਾਮ ਇਹਨਾਂ ਦਾ ਪਤਾ ਹੈ ਤਾਂ ਨਹੀਂ ਇਹਨਾਂ ਪਿੱਛੇ ਬੰਦਾ ਕੀ ਕੁੱਤਾ ਨਹੀਂ ਲੱਗਦਾ ਪਤਾ ਹੈ ਵੀ ਗਦਾਰ ਨੇ ਇਹ ਗੱਲਾਂ ਹੀ ਕਰਦੇ ਨੇ ਇਹਨਾਂ ਅੰਦਰ ਪਿਆਰ ਕੋਈ ਨਹੀਂ ਜਜ਼ਬਾ ਨਹੀਂ ਇਸੇ ਕਰਕੇ ਉਹਨਾਂ ਦਾ ਅਸਰ ਹੈ ਜਿੰਨਾ ਉੱਤੇ ਖੁਦ ਉੱਤੇ ਅਸਰ ਹੋਵੇ ਜਿਹੜਾ ਬੰਦਾ ਮੌਤ ਦੇ ਫਾਂਸੀ ਦਾ ਰੱਸਾ ਗਲ ਚ ਪਾ ਕੇ ਬੋਲ ਰਿਹਾ ਹੈ ਸਾਰੀ ਕੌਮ ਹੀ ਜਾਗ ਪਈ ਵੇਖੋ ਮੈਂ ਵੇਖਿਆ ਹੈ ਜਿਹੜੇ ਪੇਂਡੂ ਲੋਕ ਬਿਲਕੁਲ ਬੀਬੀਆਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਪਿੰਡਾਂ ਚ ਰਹਿਣ ਵਾਲੇ ਸਾਦੇ ਉਹ ਵੀ ਕੇਸਰੀ ਦਸਤਾਰਾ ਕੇਸਰੀ ਵੀ ਭਾਈ ਬਲਵੰਤ ਸਿੰਘ ਵਧਾਈਆਂ ਦਿੰਦੇ ਸੀ ਇੱਕ ਦੂਜੇ ਨੂੰ ਸਿਰਫ ਇਸ ਕਰਕੇ ਜਜ਼ਬਾ ਸੀ ਮੈਂ ਅਰਜ਼ੇ ਕਰਾਂ ਕਿ ਜਦੋਂ ਬੰਦਾ ਸੱਚ ਦੇ ਤਖਤੇ ਤੇ ਖਲੋਂਦਾ ਹੈ ਨਾ ਪਿਆ ਦੇ ਜਾਂ ਇਹ ਕਹਿ ਲਓ ਸੱਚ ਨੂੰ ਸਿਰ ਦਾ ਤਾਜ ਬਣਾ ਲੈਂਦਾ ਹੈ ਫਿਰ ਉਹਦੀ ਦੁਨੀਆ ਜ਼ਰੂਰ ਸੁਣਦੀ ਹੈ ਲੋਕ ਉਹਦੀ ਗੱਲ ਜ਼ਰੂਰ ਸੁਣਦੇ ਨੇ ਪਰ ਸੱਚ ਪੱਲੇ ਚਾਹੀਦਾ ਸੱਚ ਸਾਡੇ ਪੱਲੇ ਹੈ ਨਹੀਂ ਤਾਂ ਕਰਕੇ ਸਾਨੂੰ ਸੁਣਦਾ ਕੋਈ ਸਾਡੀ ਗੱਲ ਦਾ ਅਸਰ ਕੋਈ ਨਹੀਂ ਸਾਡੀ ਗੱਲ ਦਾ ਪ੍ਰਭਾਵ ਕੋਈ ਸੁਣਦੇ ਨੇ ਕੋਈ ਸੁਣਾਉਣ ਵਾਲਾ ਹੋਵੇ ਮੈਂ ਸਿਆਣੇ ਕਹਿੰਦੇ ਲੋਕ ਦਿੰਦੇ ਰੱਬ ਨੇ ਅੱਜ ਕੱਲ੍ਹ ਲੋਕ ਬੜੇ ਸਿਆਣੇ ਨੇ ਪਾਗਲ ਨਹੀਂ ਲੋਕ ਮੂਰਖ ਨਹੀਂ
हर बंदा घोखदा है विचार करदा पागलां दा संसार नहीं है पिछे लगदे ने पर अगे भी तो कुछ होवे सच भी होवे इस करके लायक बनिए मर्द कुछ लुको के नहीं रखणगे कौम लई मर मिटन वालियां वास्ते दुनिया जो उन्हां नूं याद करदी उन्हां दीआं यादां मनाउंदी नहीं 5000 तो वध शहीद होए अज दी रात जिहड़ी उन्हां ते बीती होनी उही जाणदे ने भाई आपां नहीं समझ सकदे जिहड़े उस वेले अंदर सी लुक लुक के कई प्यासे मर गए तां प्यासे ही शहीद हो गए पानी नहीं मिल सकिया इन्ना बुरा हाल सी बस असीं ते इक्को गल कह सकने आ हिरदे चो उपरों ना करो जिथे किते बैठे हो शहीदो सिंह साड़ी ते बस तुहाडे चरणा विच नमस्कार जिथे किते बैठे हो महापुरखो तुहाडे नाल दे साथी ओ शहीद सिंह सिंघणियां बच्चे प्रणाम शहीदां नूं जिन्हां ने जिंदड़ी तरन लई वारी प्रणाम शहीदां नूं जिन्हां जिंदड़ी तरन लई वारी प्रणाम शहीदां नूं जिंदड़ी तरन लई वारी प्रणाम शहीदां नूं चरणा ते नमस्कार बहुत बेनतियां करनिया ने कल करांगे 5, 4, 5, 6 जून का यह समा हमेशा यह तीसरा घल्लूघारा याद किया जाएगा कल नूं वड्डा गुरद्वारा साहिब पातशाही नौवीं वड्डा गुरद्वारा साहिब पातशाही नौवीं चूनी कला कल अमृत संचार होएगा याद रह जाएगा ये दिन 6 जून का कल गुरु वाले बन लई मन बनाओ शहीदां नूं नमस्कार करदे आ उन्हां शहीदां दे पाए पूरनियां ते चलदे आ अमृत छकण वास्ते तैयारा करो जिन्हां छकिया वधाई दे पात्र ने जिन्हां नहीं छकिया वह मन बनाण जरूरी बेनती है जिन्ना चिर सतगुरु जी इत्थे ने उन्ना चिर उठ के नहीं जाना भाई सुनो बैठे रहना जिन्ना चिर अरदास नहीं होंदी काल ना करियो महाराज जानगे आपां फेर चलांगे कुछ प्राणियां दे नाम आ गए काफी आ गए ने नाम अमृत संचार गुरुद्वारा श्री गुरु तेग बहादुर साहब मेन रोड दे उत्ते ही है गुरुद्वारा साहब मेन रोड दे उपर ही है जिन्ना अमृत छकना है सवेरे कल पहुंच जाना नितनेम टुट गया है भुल गलती हो गई दोबारा सुधाई करा लो शहीद नहीं मरते हमेशा जिंदे रहते अज भी साडे कोल ने साडे विच ने बेनती है अमृत छक के असली उन्हां नूं श्रद्धांजलि असली श्रद्धा का प्रगटावा तां ही कल इत्थे खूनदान कैंप भी लगेगा बाहरले पासे शायद इत्थे लगना होएगा जिन्हां जिन्हां नूं जिन्हां जिन्हां नूं नहीं सब नूं ही बेनती है कि जो ब्लड डोनेशन कैंप कल लगना है उहदे विच भाग लो सानू कोई फर्क नहीं पैंदा जिहड़ा असीं खून दान करने आ ना खून कढा दिंदे आ उह 48 घंटिआं विच 48 घंटे पूरा हो जांदा पर उहदे नाल किसे दी जान बच सकदी
ਸਾਨੂੰ ਤੇ ਕੋਈ ਫਰਕ ਨਹੀਂ ਪੈਣਾ, ਸਾਡੀ ਮਸ਼ੀਨਰੀ ਰੱਬ ਨੇ ਇਦਾਂ ਦੀ ਬਣਾਈ ਹੈ, ਉਹਨੇ 48 ਘੰਟੇ 'ਚ ਫਿਰ ਪੂਰਾ ਹੋ ਜਾਣਾ। 2 ਦਿਨ ਲੱਗਣੇ ਨੇ, ਸਾਡਾ ਬਲੱਡ ਪੂਰਾ ਹੋ ਜਾਏਗਾ, ਜਿੰਨਾ ਘਟਾਉਂਦੇ ਰਹੋ ਉਨਾ ਹੀ ਚੰਗਾ ਹੈ। ਤੇ 1500 ਦੀ ਬੋਤਲ ਛੋਟੀ ਜੀ ਮਿਲਦੀ, ਜਿੰਨਾ ਕੁ ਤੂੰ ਘਟਾਉਣਾ 1500 ਦਾ ਹੈ, ਜੇਬ 'ਚੋਂ 100 ਮੱਥਾ ਟੇਕਣਾ ਔਖਾ ਹੈ, 1500 ਉਹ ਵੇਖੋ ਕਿਸੇ ਦੀ ਜਾਨ ਬਚ ਸਕਦੀ, ਜਮ੍ਹਾਂ ਹੋ ਜਾਂਦਾ ਗਰੀਬ ਨੂੰ ਲੋੜਵੰਦ ਨੂੰ। ਫਿਰ ਉਹ ਜਿਹੜਾ ਬਲੱਡ ਕੈਂਪ ਲੱਗਦਾ ਹੈ ਜਦੋਂ ਕਦੇ ਲੋੜ ਪੈਂਦੀ ਉਹਨਾਂ ਨੂੰ ਦਿੱਤਾ ਜਾਂਦਾ। ਖੂਨਦਾਨ ਕੈਂਪ ਵਿੱਚ ਜ਼ਰੂਰ ਭਾਗ ਲਿਆ ਕਰੋ, ਜਿਹੜੇ ਖੂਨਦਾਨ ਕਰ ਸਕਦੇ ਨੇ ਉਹ ਜ਼ਰੂਰ ਕਰਨ। ਕੱਲ ਖੂਨਦਾਨ ਕੈਂਪ ਲੱਗਣਾ, ਉਹਦੇ 'ਚ ਭਾਗ ਲਓ, ਸ਼ਾਮ ਨੂੰ 6 ਵਜੇ ਥੋੜ੍ਹਾ ਜਿਹਾ ਵੇਲੇ ਨਾਲ ਆ ਜਾਇਓ। ਨੌਜਵਾਨਾਂ ਨੂੰ ਬੇਨਤੀ ਹੈ ਜ਼ਰੂਰ, ਸਰਬ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਕੱਲ ਫਿਰ ਦਰਸ਼ਨ ਦੇਣੇ ਵੇਲੇ ਨਾਲ ਆਉਣਾ। ਮੌਸਮ ਅੱਜ ਖਰਾਬ ਸੀ, ਪਰ ਖਰਾਬ ਵੀ ਨਹੀਂ ਕਹਿ ਸਕਦੇ, ਚੰਗਾ ਹੀ ਸੀ, ਠੰਡ ਹੋ ਗਈ, ਵੇਖੋ ਮੌਸਮ ਚੰਗਾ ਹੋ ਗਿਆ। ਆਪਾਂ ਤੇ ਕਿਸੇ ਗੱਲੋਂ ਰਾਜੀ ਹੁੰਦੇ ਹੀ ਨਹੀਂ, ਜੇ ਹੁਣ ਕਣੀਆਂ ਆ ਜਾਣੀਆਂ ਆਪਾਂ ਤਾਂ ਵੀ ਕਾਹਲੇ ਪੈ ਜਾਂਦੇ ਹਾਂ ਵੀ ਕਰ ਮੀਂਹ ਪਈ ਜਾਂਦਾ ਹਟਦਾ ਹੀ ਨਹੀਂ, ਜੇ ਗਰਮੀ ਹੁੰਦੀ ਆਪਾਂ ਤਾਂ ਵੀ ਲੰਬੇ ਹੀ ਦੇਣੇ ਸੀ, ਏਦਾਂ ਕਿਉਂ? ਗੁਰਮੁਖ ਹਮੇਸ਼ਾ ਭਾਣੇ ਵਿੱਚ ਜਾਂਦੇ ਨੇ, ਮਨਮੁਖ ਗਿਲੇ ਸ਼ਿਕਵੇ ਕਰਦੇ ਰਹਿੰਦੇ। ਅਸੀਂ ਕਹਿੰਦੇ ਰੱਬ ਨੇ ਆਹ ਕਿਉਂ ਕੀਤਾ, ਆਹ ਕਰਨਾ ਚਾਹੀਦਾ ਸੀ। ਕਹਿੰਦੇ 50ਵਾਂ ਹਿੱਸਾ ਵਸੈ ਕੋਟ 85, 50ਵਾਂ ਹਿੱਸਾ ਧਰਤੀ ਤਾਂਬੇ ਦੀ ਹੈ, 50ਵਾਂ ਹਿੱਸਾ ਤਾਂਬੇ ਦੀ ਧਰਤੀ। ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਉਹ ਸੱਪ ਬਣਦੇ ਨੇ ਤੇ ਉੱਥੇ ਜਾਂਦੇ ਨੇ, ਤਾਂਬੇ ਦੀ ਧਰਤੀ ਹੈ ਜਿੱਥੇ। ਤਾਂਬੇ ਦੀ ਧਰਤੀ ਜਦੋਂ ਧੁੱਪ ਪੈਂਦੀ ਹੈ ਤੇ ਸੜਦੀ ਹੈ, ਉਹ ਸੱਪ ਸੜਦੇ ਨੇ, ਫਿਰ ਤੜਫਦੇ ਨੇ, ਫਲ ਭੋਗਦੇ ਨੇ ਕਰਮਾਂ ਦਾ, ਪਰ ਉਹਨਾਂ ਨੂੰ ਖੁਰਾਕ ਤੇ ਮਿਲਣੀ ਚਾਹੀਦੀ ਹੈ। ਫਿਰ ਕੀ ਹੁੰਦਾ ਹੈ, ਜਿਹੜੀਆਂ ਹਨੇਰੀਆਂ ਚੱਲਦੀਆਂ ਨਾ, ਮਿੱਟੀ ਘੱਟਾ ਉੱਪਰ ਨੂੰ ਚੜ੍ਹਦਾ ਹੈ, ਇਹ ਸਾਰਾ ਉੱਥੇ ਪਹੁੰਚਦਾ ਹੈ। ਆਖੋ ਸਤਨਾਮ। ਸੱਪਾਂ ਦੀ ਖੁਰਾਕ, ਸਾਡੇ ਮਹਾਂਪੁਰਖ ਸੁਣਾਉਂਦੇ ਹੁੰਦੇ ਸੀ, ਕਹਿੰਦੇ ਸੱਪਾਂ ਦੀ ਖੁਰਾਕ ਹੈ ਇਹ ਜਿਹੜੀ ਮਿੱਟੀ, ਉੱਡਦੀ ਉੱਥੇ ਜਾਂਦੀ। ਰੱਬ ਨੂੰ ਪਤਾ ਕਿਹਨੂੰ ਕਿੱਦਾਂ ਪਾਲਣਾ। ਆਪਾਂ ਕਿੰਨਾ ਘੱਟਾ ਚੜਿਆ ਹੋਇਆ, ਸਾਹ ਔਖਾ ਆ ਰਿਹਾ, ਤੇਰਾ ਕੱਲਾ ਸਾਹ ਥੋੜਾ ਵੇਖਣਾ, ਰੱਬ ਨੇ ਤੇ ਉਹਨਾਂ ਨੂੰ ਵੀ ਵੇਖਣਾ, ਉਹ ਵੀ ਪੈਦਾ ਕੀਤੇ ਨੇ, ਉਹਨੇ ਸਭ ਨੂੰ ਵੇਖਣਾ, ਕੱਲਾ ਸਾਨੂੰ ਥੋੜਾ ਵੇਖਣਾ ਵੀ ਤੂੰ ਕਿਵੇਂ ਖੁਸ਼। ਸਾਰਿਆਂ ਦਾ ਫਿਕਰ ਹੈ ਰੱਬ ਨੂੰ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਭਿੰਨ ਭਿੰਨ ਤਰੀਕਿਆਂ ਨਾਲ ਸਿਰ ਸਿਰ ਰਿਜਕ ਉਹ ਰਿਜਕ ਦਿੰਦਾ, ਸੰਭਾਲਦਾ, ਵੱਖ ਵੱਖ ਤਰੀਕਿਆਂ ਨਾਲ ਹਰ ਇੱਕ ਜੀਵ ਨੂੰ ਰੱਬ ਪਾਲਦਾ, ਉਹਨੂੰ ਸਭ ਦਾ ਫਿਕਰ ਹੈ। ਅਸੀਂ ਸਿਰਫ ਆਪਣੇ ਬਾਰੇ ਸੋਚਦੇ, ਰੱਬ ਇੱਦਾਂ ਨਹੀਂ, ਇੱਦਾਂ ਇੱਦਾਂ ਨਹੀਂ, ਇੱਦਾਂ ਕਰਨਾ ਚਾਹੀਦਾ, ਇੱਦਾਂ ਨਹੀਂ, ਇੱਦਾਂ ਕਰਨਾ, ਸਾਡੇ ਹਿਸਾਬ ਨਾਲ ਨਹੀਂ ਚੱਲ ਸਕਦਾ। ਉਹਨੇ ਤੁਰਿਆ ਜਾਏ, ਇੱਕ ਮਤੀਰੇ ਲੱਗੇ ਹੋਏ ਸੀ ਵੇਲ ਨੂੰ, ਮਤੀਰੇ ਵੱਡੇ ਵੱਡੇ ਲੱਗਦੇ, ਹੁਣ ਪਹਿਲਾਂ ਤੇ ਹੁੰਦੇ ਸੀ ਕਾਲੇ ਜਿਹੇ ਰੰਗ ਦੇ, ਹੁਣ ਅੱਜ ਕੱਲ੍ਹ ਤੇ ਹੋਰ ਆ ਗਏ ਨਾ ਫਾੜੀਆਂ ਵਾਲੇ, ਚਿੱਤਰੇ ਜਿਹੇ ਹੁਣ ਤੇ ਆਉਂਦੇ ਨੇ, ਪਹਿਲਾਂ ਦੂਜੇ ਹੁੰਦੇ ਸੀ ਵੱਡੇ ਵੱਡੇ। ਉਹ ਵੇਲ ਨੂੰ ਮਤੀਰੇ ਲੱਗੇ ਹੋਏ, ਇੱਕ ਬੰਦਾ ਲੰਘਿਆ ਜਾਂਦਾ ਕਹਿੰਦਾ ਲੈ ਰੱਬ ਹੈ ਤੇ ਪਾਗਲ ਹੀ ਹੈ, ਨਿੱਕੀ ਜੀ ਵੇਲ ਇੱਡਾ ਮਤੀਰਾ, ਵੇਲ ਨਿੱਕੀ ਜੀ ਮਤੀਰਾ ਇੱਡਾ। ਗਾਂ ਗਿਆ, ਜੰਮਣ ਦਾ ਰੁੱਖ ਸੀ ਉਹਦੇ ਥੱਲੇ ਲੰਮਾ ਪੈ ਗਿਆ, ਉੱਪਰ ਵੇਖੀਆਂ ਨਿੱਕੀਆਂ ਨਿੱਕੀਆਂ ਜਾਮਣਾਂ ਲੱਗੀਆਂ, ਕਹਿੰਦਾ ਉੱਕਾ ਹੀ ਮੂਰਖ ਗੱਲ, ਕਹਿੰਦੇ ਇੱਥੇ ਐਡਾ ਦਰਖਤ ਨਿੱਕੀ ਜੀ ਜਾਮਣ, ਉਹ ਨਿੱਕੀ ਜੀ ਵੇਲ ਐਡਾ ਮਤੀਰਾ, ਕਹਿੰਦੇ ਮੈਂ ਰੱਬ ਹੁੰਦਾ ਮਤੀਰਾ ਇੱਥੇ ਲਾਉਂਦਾ, ਜਾਮਣ ਉੱਥੇ ਲਾਉਂਦਾ, ਕਹਿੰਦਾ ਮੈਂ ਏਦਾਂ ਹੀ ਕਰਨਾ ਵੀ ਮਤੀਰਾ ਉੱਥੇ ਲਾਓ ਦਰਖਤ ਉੱਤੇ, ਜਾਮਣ ਉੱਥੇ ਲਾਓ। ਇਹਨੇ ਨੂੰ ਤੂੰ ਇੱਕ ਜਾਮਣ ਕਿਸੇ ਪੰਛੀ ਨੇ ਤੋੜ ਕੇ ਸੁੱਟੀ ਥੱਲੇ ਠਾ ਵੱਜੀ ਮੱਥੇ, ਉੱਥੇ ਹੀ ਸਮਝ ਪੈ ਗਈ, ਕਹਿੰਦੀ ਓਏ ਮਨਾ ਜੇ ਮਤੀਰਾ ਵੱਜਦਾ ਫੇਰ ਮੇਰਾ ਤੇ ਭੋਗ ਪੈ ਗਿਆ ਸੀ ਇੱਥੇ। ਉਹ ਕਹਿੰਦਾ ਰੱਬਾ ਤੂੰ ਜੋ ਕਰਨਾ ਚੰਗਾ ਹੀ ਕਰਨਾ, ਅਸੀਂ ਮੂਰਖ, ਸਾਨੂੰ ਸਮਝ ਨਹੀਂ ਹੈ। ਕਈ ਵਾਰੀ ਬਰਸਾਤਾਂ ਜ਼ਿਆਦਾ ਹੁੰਦੀਆਂ,
ਅਸੀਂ ਕਹਿੰਦੇ ਆ ਮੇਰੀ ਫਸਲ ਮਰ ਰਹੀ ਹੈ, ਪਤਾ ਨਹੀਂ ਉਹ ਕਿਹੜਾ ਪਾਣੀ ਪੂਰਾ ਕਰਦਾ। ਹੋ ਸਕਦਾ ਤੇਰੀ ਅੱਗੇ 2 ਸਾਲ ਵਾਸਤੇ ਅੱਧੂ ਵੀ ਵਧੀਆ ਹੋ ਜਾਏ। ਅਸੀਂ ਸਿਰਫ ਇੱਕ ਟਾਈਮ ਬਾਰੇ ਸੋਚ ਸਕਦੇ ਹਾਂ, ਅਸੀਂ ਸਿਰਫ ਆਪਣੇ ਬਾਰੇ ਸੋਚ ਸਕਦੇ, ਉਹਨੇ ਸਾਰਿਆਂ ਬਾਰੇ ਸੋਚਣਾ। ਤੂੰ ਸਿਰਫ ਆਪਣੇ ਬਾਰੇ ਸੋਚ ਰਿਹਾ, ਤੇਰੇ ਪੋਤਰਿਆਂ ਬਾਰੇ ਵੀ ਸੋਚ ਰਿਹਾ, ਤੇਰੇ ਪੋਤਿਆਂ ਦੇ ਪੋਤਿਆਂ ਬਾਰੇ ਵੀ ਸੋਚਦਾ। ਉਹਨੂੰ ਸਭ ਦਾ ਫਿਕਰ ਹੈ, ਉਹਨੂੰ ਹਰ ਇੱਕ ਦਾ ਫਿਕਰ ਹੈ, ਕਦੋਂ ਮੀਂਹ ਪਾਣਾ ਕਦੋਂ ਨਹੀਂ ਪਾਣਾ। ਇਸ ਕਰਕੇ ਮੈਂ ਅਰਜ਼ ਕਰਨਾ ਪਿਆਰਿਓ, ਸਾਡੇ ਕਹਿਣ ਨਾਲ ਉਹਨੇ ਪਾਣਾ ਨਹੀਂ ਹੈ, ਸਾਡੇ ਕਹਿਣ ਨਾਲ ਉਹਨੇ ਹਟਾਉਣਾ ਨਹੀਂ। ਇਹਦੇ ਨਾਲ ਚੰਗਾ ਇਹੀ ਕਿਹਾ ਕਰੋ, ਜੋ ਤੈਨੂੰ ਭਾਉਂਦਾ ਉਹੀ ਚੰਗਾ, ਜੋ ਤੁਧ ਭਾਵੈ ਸਾਈ ਭਲੀ ਕਰੇ। ਹਰੇਕ ਗੁਰਦੁਆਰੇ ਚ ਨਿਤਨੇਮ ਹੁੰਦਾ, ਜਪਜੀ ਸਾਹਿਬ ਪੜ੍ਹਦੇ ਆ, ਸਵੇਰੇ ਪੜ੍ਹਦੇ ਆ, ਉਹਦਾ ਭਾਣਾ ਮੰਨਦੇ ਨੀ। ਉਦੋਂ ਵੀ ਕਿਹਾ ਕਰੋ, ਜੋ ਤੈਨੂੰ ਭਾਉਂਦਾ ਚੰਗਾ ਹੀ ਚੰਗਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਉਹੀ ਭਲੀ ਹੈ ਕਾਰ, ਉਹ ਕੰਮ ਭਲਾ ਹੈ ਜਿਹੜਾ ਤੈਨੂੰ ਭਾਉਂਦਾ, ਜਿਹੜਾ ਤੈਨੂੰ ਪ੍ਰਵਾਨ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਣੇ ਵਿੱਚ ਚੱਲੀਏ, ਰਜਾ ਵਿੱਚ ਚੱਲੀਏ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਫਿਰ ਅਰਦਾਸ ਜੁੜੀਏ, ਫਿਰ ਹੁਕਮਨਾਮੇ ਸੁਣ ਕੇ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਜਾਣਾ, ਪਹਿਲਾਂ ਨਹੀਂ ਜਾਣਾ। ਮਹਾਰਾਜ ਸਾਹਿਬ ਅੱਗੇ ਅੱਗੇ, ਆਪਾਂ ਪਿੱਛੇ ਪਿੱਛੇ ਚੱਲਾਂਗੇ। ਅਰਦਾਸਾਂ ਹੋਣ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਅੰਮ੍ਰਿਤ ਛਕਣ ਲਈ ਜ਼ਰੂਰ ਕੱਲ੍ਹ ਨੂੰ 5 ਵਜੇ 6 ਵਜੇ ਵੀ ਆ ਜਾਓ ਤਾਂ ਵੀ ਕੋਈ ਨਹੀਂ। ਸੁਕੇਸੀ ਇਸ਼ਨਾਨ ਕਰਕੇ ਨਵੇਂ ਬਸਤਰ ਜਾਂ ਧੋਤੇ ਪਾ ਕੇ ਆਇਆ, ਭੁੱਲ ਗਲਤੀ ਕਰ ਬੈਠੇ ਹੋ, ਕੱਲ 6 ਜੂਨ ਦਾ ਦਿਹਾੜਾ, ਸ਼ਹੀਦਾਂ ਨੂੰ ਯਾਦ ਕਰਦੇ ਆ, ਬਸ ਲੇਖੇ ਲੱਗ ਜਾਏ, ਜ਼ਰੂਰ ਕੱਲ ਤਿਆਰੇ ਕਰਕੇ ਆਇਓ। ਦੁਬਾਰਾ ਨਿਤਨੇਮ ਕਰੋ, ਸਤਿਗੁਰ ਨੂੰ ਬਾਹ ਫੜਾ ਦਿਓ ਆਪਣੇ। ਜਿਹੜੇ ਨਿਤਨੇਮ ਨਹੀਂ ਕਰਦੇ, ਜ਼ਰੂਰ ਸ਼ੁਰੂ ਕਰੋ ਕੱਲ ਤੋਂ, ਫਿਰ ਵਾਪਸ ਮੁੜੀਏ, ਅਰਦਾਸ ਕਰ ਜਾਇਓ ਮਾਰ ਦੇ ਚਰਨਾਂ ਚ ਮਾਰੋ। ਹੁਣ ਨਿਤਨੇਮ ਨਾ ਟੁੱਟੇ, ਸਵਾਸਾਂ ਦੀ ਲੜੀ ਟੁੱਟ ਜਾਏ, ਨਿਤਨੇਮ ਨਾ ਟੁੱਟੇ, ਜਾਨ ਕੱਢ ਲਿਓ, ਨਿਤਨੇਮ ਦੀ ਦਾਤ ਮਿਲਣੀ ਚਾਹੀਦੀ, ਨਿਤਨੇਮ ਨਾ ਟੁੱਟੇ, ਇਹ ਅਰਦਾਸ ਕਰਨੀ। ਗੱਜ ਕੇ ਬੋਲੋ, ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਂ, ਆਨੰਦ ਭਇਆ ਮੇਰੀ ਮਾਂ, ਸਤਿਗੁਰੂ ਮੈਂ ਸ਼ਬਦ ਬੋਲੋ ਜੀ, ਹਰ ਨਾਮ ਹੋ ਦੁਖ ਸਭ ਸਭਨਾ ਗੱਲਾਂ ਸਭ ਸੱਚ ਸੁਣੀ, ਸੋ ਕਿਉਂ ਮਨ ਹੋ ਪੜੋ ਸਦਾ ਰਹੋ ਸਦਾ ਰਹੋ।
श्री वाहेगुरु साहिब जीओ सो कहो टल गुर सेविए अहंस सहज सुभाए दर्शन परसे है गुरु के जन्म मरण दुख जाए ज्ञान ध्यान किस कर्म ना जाना सार ना जाना तेरी सब ते वड्डा सतगुरु नानक जिन कल राखी मेरी सब ते वड्डा सतगुरु नानक जिन कल राखी मेरी सतना श्री वाहेगुरु साहिब जीओ तना श्री महला पंजवा दीन दर्द निवार ठाकुर राखे जन की आप तरण तारण हर निध दुख ना सके ब्याप दीन दर्द निवार ठाकुर राखे जन की आप तरण तारण हर निध दुख ना सके ब्याप साधु संग भजो गोपाल आन संजम किछ ना सूझे एह जतन काट कल काल रहा आदि अंत दयाल पुर तिस बिना नहीं कोई जन्म मरण निवार हर जप सिमर स्वामी सो वेद सिमरत कथे सासत भगत करहे विचार मुकुत पाइए साध संगत बिनस जाए अंधार चरण कमल आधार जन का
रास पूंजी एक तान मान दीवान साचा नानक की प्रभ टेक चरण कमल उधार जन का रास पूंजी एक तान मान दीपान सचा नानक की प्रभ टेक वाहिगुरु जी का खालसा वाहिगुरु जी की।